ਕੀ ਜ਼ਰੂਰਤ ਸੀ ਵੀਡੀਓ ਬਣਾਉਣ ਦੀ ਵੀ ਸਾਡਾ ਸਿਸਟਮ ਆਸੀਂ ਨੌਜਵਾਨ ਜਿਹੜੇ ਅਸੀਂ ਇੰਨੇ ਪੜੇ ਲਿਖੇ ਆ ਤਾਂ ਅਸੀਂ ਤਾਂ ਬਿਨਾਂ ਰ ਬੇਰਜ਼ਗਾਰ ਤੋਰੇ ਫਿਰਦੇ ਆ ਇਹਨਾਂ ਨੂੰ ਇੰਨੇ ਨੇ ਤਨਖਾਹਾਂ ਮਿਲਦੀਆਂ ਨਹੀਂ ਆ ਇਹ ਸਹੀ ਟਾਈਮ ਤੇ ਕਿਉਂ ਨਹੀਂ ਆਉਂਦੇ ਉਹ ਬਹਾਨਾ ਵੜਨਾ ਮੈਂ ਕੋਟ ਚ ਸੀਗਾ ਜੀ ਮੈਂ ਡੀਸੀ ਨਾਲ ਮੀਟਿੰਗ ਕਰਕੇ ਆਇਆ ਮੈਂ ਇਹ ਮੀਟਿੰਗ ਕਰਕੇ ਆਇਆ ਪਤਾ ਨਹੀਂ ਮੀਟਿੰਗ ਹੁੰਦੀ ਆ ਪਤਾ ਨਹੀਂ ਨਾ ਤੁਹਾਡੀ ਫਿਰ ਜੋ ਮਸਲਾ ਲੈ ਕੇ ਗਏ ਸੀ ਤੁਸੀਂ ਉਹ ਹੱਲ ਹੋਇਆ ਜਿੱਨਾ ਵੀ ਇਹਨਾਂ ਨੇ ਜਲੀਲ ਕਰ ਛੱਡਿਆ ਪਟਵਾਰੀਆਂ ਨੇ ਕੰਨਗੋ ਨੇ ਮਨ ਤਸਿਲਦਾਰ ਤੇ ਵੀ ਟਿੱਪਣੀ ਕਰਦਾ ਮੈਂ ਇੰਤਕਾਲ ਚੜਾਉਣ ਤੋਂ ਬਾਅਦ ਉਹਨੇ ਵਿੱਚੋਂ 10 10000 ਰੁਪਏ ਦੇਣਾ ਮੰਨ ਕੇ ਚੱਲੋ ਜੀ ਕੰਨਗੋ ਨੂੰ ਪਟਵਾਰੀ ਤੋਂ ਬਾਅਦ ਆਉਂਦਾ ਕੰਨਗੋ ਜੀ ਫਿਰ ਉਹਨੇ 10 15 20000 ਰੁਪਏ ਦੇਣਾ ਮੰਨ ਕੇ ਚੱਲੋ ਤਸਿਲਦਾਰ ਸਾਹਿਬ ਨੂੰ 30000 ਰੁਪਏ ਹੋ ਗਿਆ ਇਹ ਵਿੱਚੋਂ 20000 ਰੁਪਏ ਫਿਰ ਪਟਵਾਰੀ ਆਵ ਰੱਖਦਾ ਫਿਰ ਇੰਤਕਾਲ ਚੜਦਾ ਇਹ ਪਟਵਾਰੀਆਂ ਕੰਨਗੋ ਨੇ ਜਿਹੜੇ ਐਡੇ ਵੱਡੇ ਇਹ ਜਿਹੜੇ ਤਸਿਲਦਾਰ ਨੇ ਐਡੇ ਐਡੇ ਕਰਾਪਸ਼ਨ ਆ ਪੰਜਾਬ ਦੇ ਵਿੱਚ ਕਰੀ ਜਾਂਦੇ ਨੇ ਲੋਕਾਂ ਨੂੰ ਜਿਹੜੇ ਸਾਡੇ ਭੋਲੇ ਜੱਟ ਨੇਗੇ ਸਾਡੇ ਜ਼ਿਮੀਦਾਰ ਨੇ ਜਾਂ ਹੋਰ ਕਿਸੇ ਮਜ਼ਦੂਰ ਵਰਗ ਦੇ ਲਾ ਲੋ ਜਿਹੜੇ ਭੋਲੇ ਲੋਕ ਨੇ ਉਹਨਾਂ ਨੂੰ ਇੱਕ ਨੰਬਰ ਦਾ ਹੀ ਪੈਸਾ ਦੇਣਾ ਪੈਂਦਾ ਇੱਕ ਨੰਬਰ ਕੰਮ ਕਰਵਾਉਣ ਦਾ ਵੀ ਹਰਾਫ ਮੰਟ ਦਾ ਮਾਰਾ ਅਗਲਾ ਕਹਿੰਦਾ ਯਾਰ ਪੈਸੇ ਦੇ ਦੇ ਇਹਨੂੰ ਕੰਮ ਕਰਵਾ ਲਾ ਮੈਂ ਇੱਥੇ ਕਿੱਥੇ ਜਲੀਲ ਹੋਊਂਗਾ ਦਫ਼ਤਰਾਂ ਦੇ ਵਿੱਚ ਜੋ ਕੁਝ ਤੁਸੀਂ ਉੱਥੇ ਦਫ਼ਤਰ ਦੇ ਵਿੱਚ ਜਾ ਕੇ ਕੀਤਾ ਤੁਹਾਡੇ ਤੇ ਪਰਚਾ ਵੀ ਹੋ ਸਕਦਾ ਸੀ ਮੈਂ ਕਹਣਾ ਚਾਹੇ ਮੇਰੇ ਤੇ ਇੱਕ ਪਰਚਾ ਹਟ ਜਾਏ ਪੰਜ ਪਰਚੇ ਕਰ ਦੇਣ ਪਰਚਿਆਂ ਤੋਂ ਥੋੜੂ ਦਰਦਿਆਂ ਜੇ ਕੋਈ ਮੈਨੂੰ ਕੋਈ ਡਿਪਾਰਟਮੈਂਟ ਵਾਲਾ ਕਹੇ ਤੇ ਵੀ ਆਹ ਇੱਥੇ ਫਟਵਾਰੀ ਹੈਗੇ ਸੀਗੇ ਮੈਂ ਮੈਂ ਮੇਰੇ ਤੇ ਪਰਚਾ ਹੋਣਾ ਚਾਹੀਦਾ ਨਸ਼ਾ ਇੱਕ ਐਸਐਚਓ ਥਾਣੇ ਦੇ ਖੁਦ ਵਕਾਰ ਰਹੇ ਨੇ ਪੈਸਾ ਲੈ ਕੇ ਉਹ ਕੀ ਕਰਦੇ ਨੇ ਜਿਵੇਂ ਉਹ 50000 ਦਾ ਉਹਨਾਂ ਨੇ ਨਸ਼ਾ ਵੇਚਿਆ ਤਾਂ 30000 ਰੁਪਏ ਥਾਣੇ ਜੀ ਦੇ ਕੇ ਉਹਨਾਂ ਨੇ 20000 ਰੁਪਏ ਆਪ ਦੇ ਕੋਲੇ ਰੱਖਦੇ ਨੇ ਅ ਚاہے ਉਹ ਉਤਪਾਦਨ ਨੂੰ ਲੈ ਕੇ ਹੋਵੇ ਜਾਂ ਹੋਰ ਵਪਾਰ ਨੂੰ ਲੈ ਕੇ ਹੋਵੇ ਸਾਰਾ ਸਿਸਟਮ ਹੈ ਜਿਹੜਾ ਸਾਡਾ ਪੰਜਾਬ ਦੇ ਉੱਤੇ ਖੜਾ ਹੈ ਪਰ ਕਿਤੇ ਨਾ ਕਿਤੇ ਝੋਨੇ ਤੇ ਕਣਕ ਦੇ ਵਿੱਚ ਜਿਹੜਾ ਜ਼ਿੰਮੇਦਾਰ ਫਸਿਆ ਹੋਇਆ ਹੈ ਇਸ ਲਈ ਕਿ ਨੂੰ ਜ਼ਿੰਮੇਵਾਰ ਮੰਨਦੇ ਹੁਣ ਤੁਸੀਂ ਗੱਲ ਲਾ ਲਓ ਅਸੀਂ ਗੰਨਾ ਬੀਜਿਆ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਗੰਨੇ ਦਾ ਅੱਜ ਤੱਕ ਸਾਨੂੰ ਜਿਹੜਾ ਸਾਡੇ ਮਿਲਾਂ ਨੇ ਸਾਨੂੰ ਪੈਸਾ ਨਹੀਂ ਦਿੱਤਾ ਪੰਜਾਬ ਦੇ ਵਿੱਚ ਸਭ ਤੋਂ ਮਹਿੰਗੀ ਖੇਤੀ ਭੁੱਕੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਮੈਂ ਨਸ਼ੇੜੀ ਪੈਦਾ ਕਰਨੇ ਚਾਹੁੰਦੇ ਹੋ ਤੁਸੀਂ ਸ਼ਰਾਬ ਦੇ ਨਾਲ ਬੰਦੇ ਮਰਦੇ ਨੇਗੇ ਤੇ ਚਿੱਟੇ ਦੇ ਨਾਲ ਬੰਦੇ ਮਰਦੇ ਨੇਗੇ ਪੁੱਕੀ ਫੀਮ ਪੁੱਕੀ ਫੀਮ ਦਾ ਨਸ਼ੇ 'ਚ ਨਹੀਂ ਆਉਂਦੀ। ਆਵਾਰਾ ਡੰਗਰ ਕਿੰਨੇ ਕੁ ਨੁਕਸਾਨ ਕਰਦੇ। ਹਰੇਕ ਪਿੰਡ ਦੇ ਵਿੱਚ ਘੱਟੋ-ਘੱਟ 100-100 2-200 ਆਵਾਰਾ ਡੰਗਰ ਫਿਰਦਾ ਪਿੰਡਾਂ ਦੇ ਵਿੱਚ। ਇਹ ਇੰਨਾ ਕੁ ਜ਼ਿਆਦਾ ਨੁਕਸਾਨ ਕਰਦੇ ਨੇ ਸਾਡਾ ਮੈਂ ਕਹਿੰਨਾ ਇਹਨਾਂ ਨੇ ਪਿੰਡਾਂ ਦੇ ਵਿੱਚ ਜਿਉਣਾ ਹਰਾਮ ਕਰਿਆ ਪਿਆ ਜਿਉਣਾ ਹਰਾਮ। ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਾਸਿਫ ਫਾਰੂਕੀ 31 ਜੁਲਾਈ ਦਿਨ ਬੁੱਧਵਾਰ ਸਵੇਰੇ ਸਵੇਰੇ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਅਪਲੋਡ ਹੁੰਦੀ ਹੈ ਉਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਧਨੋਲਾ ਦੀ ਜਿਹੜੀ ਤਹਿਸੀਲ ਦਫ਼ਤਰ ਹੈਗਾ ਸਬਡਿਵੀਜ਼ਨ ਧਨੋਲਾ ਦੇ ਪਟਵਾਰਖਾਨੇ ਦੇ ਵਿੱਚ ਪਹੁੰਚਦਾ ਹੈ ਅਤੇ ਉੱਥੋਂ ਵੀਡੀਓ ਲਾਈਵ ਕਰ ਦਿੰਦਾ ਹੈ ਪਹਿਲਾਂ ਆਪਾਂ ਉਹ ਵੀਡੀਓ ਦੇਖਦੇ ਹਾਂ ਸਾਬਤ ਤਹਿਸੀਲ ਧਨੋਲਾ ਇਹ ਆ ਸਾਡੀ ਸਾਬਤ ਤਹਿਸੀਲ ਧਨੋਲਾ 9 9:21 ਹੋ ਚੁੱਕੇ ਨੇਗੇ 9:21 9:21 ਮਿੰਟ ਹੋ ਚੁੱਕੇ ਨੇਗੇ ਇਹ ਸਾਡੇ ਧਨੋਲੇ ਦਾ ਮੰਨ ਕੇ ਚੱਲ ਛੋਟੀ ਤਹਿਸੀਲ ਹੈ ਜਿੱਥੇ ਛੋਟਾ ਨਾਇਬ ਤਹਿਸੀਲਦਾਰ ਬੈਠਾ ਹੁੰਦਾ ਇੱਕ ਪਟਵਾਰੀ ਮੈਨੂੰ ਮਿਲਿਆ ਹਜੇ ਬਾਕੀ ਕੋਈ ਨਹੀਂ ਇੱਥੇ ਪਹੁੰਚਿਆ ਇਹ ਇਹ ਸਾਡਾ ਸਿਸਟਮ ਆ ਸਰਕਾਰੀ ਜਿਹੜਾ ਸਿਸਟਮ ਧਨੋਲੇ ਦੀ ਮੈਂ ਗੱਲ ਕਰ ਰਿਹਾ ਕੋਈ ਵੀ ਪਟਵਾਰੀ ਨਹੀਂ ਪਹੁੰਚਿਆ ਕੋਈ ਵੀ ਪਟਵਾਰੀ ਸਾਡਾ ਦੇਖ ਲਓ ਅਸੀਂ ਕੀ ਕੀ ਲੋਕ ਕੰਮ ਕਰਵਾ ਲਣਗੇ। ਛੁੱਲੀਆਂ ਸਰਕਾਰ ਤੋਂ ਤਨਖਾਹ ਲੈਂਦੇ ਨੇ, ਤਨਖਾਹ ਕਿੱਥੋਂ ਲੈਂਦੇ ਨੇ? ਸਾਡੇ ਟੈਕਸ ਤੋਂ, ਸਾਡੇ ਲੋਕਾਂ ਦੇ ਸਰਾਂ ਤੋਂ ਤਨਖਾਹ ਲੈ ਦੇ ਰੀਆਂ। ਅਸੀਂ ਲੋਕ ਆਹ ਸਰਕਾਰ ਸੰਗਾਨ ਹੁੰਦੀ ਐ ਕਾਰੀ ਡਿਵੈਲਪਮੈਂਟ ਭਾਉ ਦੇ ਪੰਜਾਬ ਦੇ ਵਿੱਚ ਇੱਕ ਪਟਵਾਰੀ ਦਾ ਫਰਜ਼ ਨਹੀਂ ਮੰਨਦਾ ਅਸੀਂ ਵੀਏਵੀਆ ਐਡਮਿਨ ਕਰੇ ਕਰੇ ਪੜੇ ਲਿਖੇ ਮੁੰਡੇ ਤੁਰੇ ਫਿਰਦੇ ਆ ਸਾਨੂੰ ਮੁੜਾਓ ਅਸੀਂ 9 ਵਜੇ ਨਾ ਸਹੀ ਟਾਈਮ ਤੇ ਨਾ ਪਹੁੰਚੇ। ਇਹਨਾਂ ਨੂੰ ਕੋਈ ਕਦਰ ਨਹੀਂ ਹੈਗੀ, ਇੱਕ ਵੀ ਪਰਸੈਂਟ ਕਦਰ ਨਹੀਂ ਹੈਗੀ ਜੋਬ ਦੀ ਯਾਰ। ਇਹਨਾਂ ਦਾ ਹੱਕ ਨਹੀਂ ਮੰਨਦਾ ਯਾਰ ਤੁਸੀਂ ਆਪਾਂ ਪੁੱਛਣ ਵਾਲੇ ਹੈ ਜਿਹੜੀ ਗਾ ਇਹਨਾਂ ਨੂੰ ਕੋਈ ਕਲਰਕ ਦੀ ਡਿਊਟੀ ਵੀ 9 ਵਜੇ ਨਹੀਂ ਹੁੰਦੀ ਐ ਹਜੇ ਕਲਰਕ ਵੀ ਨਹੀਂ ਆਇਆ ਬਾਬੇ ਕਲਰਕ ਦੀ ਡਿਊਟੀ ਵੀ 9 ਵਜੇ ਦੀ ਆ ਉਹ ਵੀ ਨਹੀਂ ਹਜੇ ਪਹੁੰਚਿਆ ਤਾਲਾ ਲੱਗਿਆ ਪਿਆ ਲੈ ਲੈ ਦੇਖ ਲੋ ਦੇਖ ਲੋ ਸਾਡਾ ਸਰਕਾਰੀ ਸਿਸਟਮ ਇਹ ਇਹ ਹਾਲਾਤ ਨੇ ਸਾਡੇ ਤਹਿਸੀਲ ਦੇ ਸੋ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਇੱਕ ਨੌਜਵਾਨ ਨੇ ਪਟਵਾਰਖਾਨੇ ਪਹੁੰਚ ਕੇ ਪਟਵਾਰੀਆਂ ਕਾਨੂੰਨਗੋ ਅਤੇ ਜਿਹੜੇ ਤਹਿਸੀਲਦਾਰ ਨੇ ਉਹਨਾਂ ਦੇ ਕਮਾਕਾਰਾਂ ਦਾ ਕੰਮ ਕਰਨ ਦੇ ਤਰੀਕਿਆਂ ਦਾ ਜਿਹੜਾ ਉਹ ਪਰਦਾ ਫਾਸ਼ ਕਰ ਦਿੱਤਾ ਸਾਡੇ ਨਾਲ ਅੱਜ ਉਹੀ ਨੌਜਵਾਨ ਨੇ ਗੱਲਬਾਤ ਕਰਾਂਗੇ ਕਿ ਵੀਡੀਓ ਕਿਉਂ ਬਣਾਉਣੀ ਪਈ ਔਰ ਉਸ ਤੋਂ ਬਾਅਦ ਕੀ ਵੀਡੀਓ ਬਣਾਉਣ ਤੋਂ ਬਾਅਦ ਉਸ ਮਸਲੇ ਦਾ ਹੱਲ ਹੋਇਆ ਅਸੀਂ ਸਵਾਗਤ ਕਰ ਲੈਂਦੇ ਆ ਸਾਡੇ ਨਾਲ ਸਟੂਡੀਓ ਦੇ ਵਿੱਚ ਬੈਠੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਗਲੋਬਲ ਟੀਵੀ ਪੰਜਾਬੀ ਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਕੀ ਜ਼ਰੂਰਤ ਸੀ ਵੀਡੀਓ ਬਣਾਉਣ ਦੀ ਵੀਡੀਓ ਬਣਾਉਣ ਦੀ ਜ਼ਰੂਰਤ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਸਾਰਾ ਕਿਉਂਕਿ ਇਹ ਇਕੱਲੇ ਸਾਡੇ ਤਰਨੂਲੇ ਜਾਂ ਬਰਨਾਲਾ ਡਿਸਟ੍ਰਿਕਟ ਦਾ ਮਸਲਾ ਨਹੀਂ ਹੈਗਾ ਇਹ ਸਾਰੇ ਆਲ ਓਵਰ ਪੰਜਾਬ ਦਾ ਹੀ ਹੈ ਇੰਡੀਆ ਦਾ ਵੀ ਕਹ ਲਓ ਮੁੱਦਾ ਤੁਸੀਂ ਇਹ ਗੱਲ ਕਹਿ ਲਓ ਵੀ ਜਿਹੜੇ ਸਾਡਾ ਸਰਕਾਰੀ ਅਦਾਰਾ ਸਾਰਾ ਸਿਸਟਮ ਹੀ ਸਾਡਾ ਫੇਲ ਹੋਇਆ ਪਿਆ ਹੈ ਵੀਡੀਓ ਬਣਾਉਣ ਦੀ ਜ਼ਰੂਰਤ ਆਈ ਸੀ ਇਹ ਕਾਫੀ ਟਾਈਮ ਤੋਂ ਦੇਖ ਰਹੀ ਜਦੋਂ ਵੀ ਮੈਂ ਕਚੇਰੀਆਂ ਦੇ ਵਿੱਚ ਜਾਣਾ ਜਾਂ ਤਹਿਸੀਲਾਂ ਦੇ ਵਿੱਚ ਜਾਣਾ ਇਹ ਜਿਹੜੀ ਜਿਹੜੀ ਪੂਰੀ ਘਟਨਾ ਹੈ ਹੈਗੀ ਤਨੌਲਾ ਸਾਡੇ ਡਿਸਟ੍ਰਿਕਟ ਬਰਨਾਲਾ ਤਨੌਲਾ ਸਾਨੂੰ ਸਬ ਤਹਿਸੀਲ ਪੈਂਦੀ ਹੈ ਉੱਥੇ ਜੀ ਕਿਤੇ ਵੀ ਜਿਹੜੇ ਪੰਜਾਬੀ ਸਾਡੇ ਜਿਹੜੇ ਪਟਵਾਰੀ ਨੇਗੇ ਇਹ ਟਾਈਮ ਤੇ ਨਹੀਂ ਪਹੁੰਚਦੇ ਇਹ ਟਾਈਮ ਤੇ ਪਹੁੰਚਣ ਦਾ ਕੀ ਕਾਰਨ ਜੇ ਇਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਟਾਈਮ ਤੇ ਨਹੀਂ ਪਹੁੰਚ ਰਹੇ ਤਾਂ ਇਹਨਾਂ ਕੋਲ ਇੱਕੋ ਹੀ ਬਹਾਨਾ ਹੁੰਦਾ ਬਹੁਤ ਵੱਡਾ ਅਸਤਾਂ ਜੀ ਸਾਡੇ ਕੋਲ ਤਾਂ ਸਾਡੇ ਦਾ 2 ਸਾਡਾ ਸਿਸਟਮ ਹੈ ਕਈ ਥਾਵਾਂ ਤੇ ਹੁਣ ਕਿਹਾ ਹੈ ਵੀ ਪਟਵਾਰੀ ਇੱਕ ਜਿੱਥੇ ਸਭ ਸਰੀਲ ਹੈ ਉੱਥੇ ਦਫ਼ਤਰ ਬਣਾਤੇ ਉੱਥੇ ਬੈਠੇ ਨੇਗੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਵੀ ਪਟਵਾਰੀ ਬੰਦੇ ਨੇ ਸਾਡੇ ਪਹਿਲਾਂ ਪਿੰਡਾਂ ਦੇ ਵਿੱਚ ਪਟਵਾਰੀ ਬੰਦੇ ਸੀਗੇ ਹੁਣ ਉੱਥੇ ਬੰਦੇ ਨੇਗੇ ਉੱਥੇ ਨਾ ਤਾਂ ਕੱਲੇ ਪਟਵਾਰੀ ਨਹੀਂ ਸੀ ਉੱਥੇ ਹੈਗੇ ਟਾਈਮ ਤੇ ਉੱਥੇ ਕਲਰਕ ਹੁੰਦੇ ਨੇਗੇ ਤਹਿਸੀਲਦਾਰ ਹੁੰਦਾ ਤੇ ਹਾਂ ਕਨਗੋ ਹੁੰਦੇ ਨੇਗੇ ਇੱਕ ਕਨਗੋ ਦੇ ਅੰਡਰ ਘੱਟੋ ਘੱਟ 8-10 ਪਟਵਾਰੀ ਹੁੰਦੇ ਨੇ ਉਹ ਜਦੋਂ ਵੀ ਟਾਈਮ ਤੇ ਜਦੋਂ ਮੈਂ ਗਿਆ ਪੂਰੇ 9ਵੀਂ ਤੇ ਉੱਥੇ ਮੈਂ ਗਿਆ 9 ਵੀ ਤੇ ਗਿਆ 9 ਵੀ ਤੇ ਉੱਥੇ ਕੋਈ ਨਹੀਂ ਸੀ ਹੈਗਾ ਇਸ ਤੋਂ ਬਾਅਦ ਮੈਂ 10 ਵਜੇ ਤੱਕ ਅਸੀਂ ਲਾਈਵ ਰਿਹਾ 10 ਵਜੇ ਤੋਂ ਕੁਝ ਟਾਈਮ ਪਹਿਲਾਂ ਲਾਈਵ ਰਿਹਾ ਉਦੋਂ ਤੱਕ ਕੋਈ ਪਟਵਾਰੀ ਨਹੀਂ ਸੀ ਆਇਆ ਇੱਕ ਦੋ ਪਟਵਾਰੀ ਆਏ ਸੀ ਇੱਕ ਕਨਗੋਸੀ ਉੱਥੇ ਆਇਆ ਹੋਇਆ ਉਹ ਵੀ ਪਤਾ ਨਹੀਂ ਕੋਈ ਕਿੱਦਾਂ ਮਨਜ਼ੂਰੀ ਮਜ਼ਬੂਰੀ ਕਰਕੇ ਆ ਗਿਆ ਉਹ ਨਹੀਂ ਉੱਥੇ ਕੋਈ ਨਹੀਂ ਸੀ ਪਹੁੰਚਿਆ ਇਸ ਕਰਕੇ ਸਾਡਾ ਜਿਹੜਾ ਮੈਂ ਸਿਸਟਮ ਦੇ ਖਿਲਾਫ ਮੇਰੀ ਹਮੇਸ਼ਾ ਲੜਾਈ ਆ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਵੀ ਮੇਰੀ ਤੁਸੀਂ ਫੇਸਬੁੱਕ ਪੇਜ ਜਿੰਨੇ ਵੀ ਤੁਸੀਂ ਦੇਖਿਆ ਵੀ ਸਾਡਾ ਸਿਸਟਮ ਆ ਅਸੀਂ ਨੌਜਵਾਨ ਜਿਹੜੇ ਅਸੀਂ ਇੰਨੇ ਪੜੇ ਲਿਖੇ ਆ ਤਾਂ ਅਸੀਂ ਤਾਂ ਬਿਨਾਂ ਰ ਬੇਰਜ਼ਗਾਰ ਤੁਰੇ ਫਿਰਦੇ ਇਹਨਾਂ ਨੂੰ ਇੰਨੀ ਇੰਨੀ ਤਨਖਾਹਾਂ ਮਿਲਦੀਆਂ ਨੇਗੀਆਂ ਇਹ ਸਹੀ ਟਾਈਮ ਤੇ ਕਿਉਂ ਨਹੀਂ ਆਉਂਦੇ ਸਾਡੇ ਜੇ ਸਹੀ ਟਾਈਮ ਤੇ ਇਹ ਪਹੁੰਚਣ ਸਾਡੇ ਮਸਲੇ ਹੱਲ ਹੋਣ ਅਸੀਂ ਇੱਕ ਖੇਤੀ ਜਿਹੜੇ ਸਾਡਾ ਪੜਵਾਰੀ ਵਰਗਣਾ ਸਾਡਾ ਬਾਹ ਸਾਡੇ ਕਿਸਾਨਾਂ ਦਾ ਬਾਹ ਵਾਸਤਾ ਉਹਨਾਂ ਨੇ ਜਾ ਕੇ ਖੇਤ ਦੇ ਵਿੱਚ ਕੰਮ ਵੀ ਕਰਨਾ ਹੁੰਦਾ ਤੇ ਜਦੋਂ ਇਹ ਟਾਈਮ ਤੇ ਨਹੀਂ ਪਹੁੰਚੇ ਸਾਰਾ ਸਾਰਾ ਦਿਨ ਉੱਥੇ ਖੱਜਲ ਖਵਾਰੀ ਹੁੰਦੀ ਹੈ ਟਾਈਮ ਤੇ ਕੋਈ ਨਹੀਂ ਪਹੁੰਚਦਾ ਨਾ ਕਰਨਗੋ ਪਹੁੰਚਦਾ ਨਾ ਪਟਵਾਰੀ ਪਹੁੰਚਦਾ ਹੈ ਤਹਿਸੀਲਦਾਰ ਦੇ ਬਾਰੇ ਮੈਂ ਟਿੱਪਣੀ ਸਮਾਰ ਕੇ ਤਾਂ ਨਹੀਂ ਕਰ ਸਕਦਾ ਕਿਉਂਕਿ ਤਹਿਸੀਲਦਾਰ ਉਹ ਬਹਾਨਾ ਵੜਦਾ ਮੈਂ ਕੋਰਟ ਚ ਸੀਗਾ ਜੀ ਮੈਂ ਡੀਸੀ ਨਾਲ ਮੀਟਿੰਗ ਕਰਕੇ ਆਇਆ ਮੈਂ ਇਹ ਮੀਟਿੰਗ ਕਰਕੇ ਆਇਆ ਪਤਾ ਨਹੀਂ ਮੀਟਿੰਗ ਹੁੰਦੀ ਆ ਪਤਾ ਨਹੀਂ ਨਾ ਇਸ ਤੋਂ ਬਾਅਦ ਮੈਂ ਜਦੋਂ ਇਹ ਵੀਡੀਓ ਬਣਾ ਲਈ ਇਸ ਤੋਂ ਬਾਅਦ ਮੈਂ ਉਸੇ ਉਸੇ ਦਿਨੀ ਮੈਂ ਗਿਆ ਡੀਸੀ ਦਫ਼ਤਰ ਮੈਂ ਜਾ ਕੇ ਡੀਸੀ ਸਾਹਿਬ ਕੋਲੇ ਪੇਸ਼ ਹੋਣਾ ਸੀਗਾ ਉਸ ਟਾਈਮ ਡੀਸੀ ਦੀ ਮੀਟਿੰਗ ਬਹੁਤ ਚੱਲ ਰਹੀ ਸੀ ਮੈਂ ਇੱਕ ਘੰਟਾ ਵੇਟ ਕਰਕੇ ਡੀਸੀ ਦਫ਼ਤਰ ਦੇ ਵਿੱਚ ਫਿਰ ਉਹ ਚਲੋ ਉਹਨਾਂ ਦੀ ਮੀਟਿੰਗ ਚੱਲਦੀ ਸੀ ਇਸ ਤੋਂ ਬਾ ਦੂਸਰੇ ਦਿਨ ਮੈਂ ਸਾਰੇ ਜਾ ਕੇ ਵੀਡੀਓ ਡੀਸੀ ਸਾਹਿਬ ਨੂੰ ਦਿਖਾਈ ਉਹਨਾਂ ਨੇ ਉਸੇ ਟਾਈਮ ਹੀ ਜਾ ਕੇ ਆਪਣਾ ਐਸਡੀਐਮ ਸਾਹਿਬ ਦੀ ਡਿਊਟੀ ਲਈ ਐਸਡੀਐਮ ਸਾਹਿਬ ਨੂੰ ਇਹ ਕਿਹਾ ਵੀ ਸੀਰੀਅਸ ਮੈਟਰ ਹੈ ਐਸਡੀਐਮ ਸਾਹਿਬ ਨੇ ਸਟੈਪ ਵੀ ਚੱਕਿਆ ਤੇ ਜਦੋਂ ਮੈਂ ਇਸ ਤੋਂ ਬਾਅਦ ਦੂਜੇ ਦਿਨ ਫੇਰ ਗਿਆ ਆਪਣਾ ਉੱਥੇ ਤਹਿਸੀਲ ਦੇ ਵਿੱਚ ਤਾਂ ਸਾਰੇ ਪਟਵਾਰੀ ਹਾਜ਼ਰ ਸੀਗੇ ਪਟਵਾਰੀ ਆਏ ਹੋਏ ਸੀਗੇ ਜਿਹੜਾ ਇਹ ਮੁੱਦਾ ਹੈ ਇਕੱਲੇ ਸਾਡੀ ਤਹਿਸੀਲ ਦਾ ਮੁੱਦਾ ਨਹੀਂ ਹੈਗਾ ਇਹ ਪੂਰੇ ਪੰਜਾਬ ਦਾ ਮੁੱਦਾ ਹੈ ਇਹ ਪੰਜਾਬ ਦੇ ਵਿੱਚ ਪਟਵਾਰੀ ਕੰਨਗੋ ਇਹ ਕੋਈ ਨਹੀਂ ਮੌਕੇ ਤੇ ਪਹੁੰਚ ਰਿਹਾ ਤੇ ਜਿੱਥੇ ਤੇ ਕਰਕੇ ਟੀਚਰ ਵੀ ਕਈ ਤਰ੍ਹਾਂ ਦੇ ਜਿਹੜੇ ਸਰਕਾਰੀ ادارے ਆਉਂਦੇ ਨੇਗੇ ਡਾਕਟਰ ਵੀ ਇਹ ਕੋਈ ਟਾਈਮ ਤੇ ਨਹੀਂ ਪਹੁੰਚਦੇ ਕਾਰਨ ਕੀ ਆ ਜਿਵੇਂ ਸਾਡੇ ਮੰਨ ਕੇ ਚੱਲ ਰੈਵਨਿਊ ਡਿਪਾਰਟਮੈਂਟ ਦੇ ਕਹਾ ਮੰਤਰੀ ਹੈਗੇ ਨੇ ਕਾਂਗਰਸ ਸਾਹਿਬ ਨੇ ਜੀ ਕਾਂਗਰਸ ਸਾਹਿਬ ਨੇ ਮੈਂ ਉਹਨਾਂ ਨੂੰ ਚਾਹਣਾ ਵੀ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਜਾ ਕੇ ਜਿੱਥੇ ਸਾਡਾ ਰੈਵਨਿਊ ਡਿਪਾਰਟਮੈਂਟ ਹੈ ਡੀਸੀ ਇਸ ਐਸਟੀਮ ਸਾਰੇ ਅੰਡਰ ਆਉਂਦੇ ਨੇ ਇਹਨਾਂ ਨੂੰ ਤੁਸੀਂ ਪਟਵਾਰੀ ਉਹਨਾਂ ਨੂੰ ਜਾ ਕੇ ਤੁਸੀਂ ਇਹਨਾਂ ਨੇ ਚੈੱਕ ਅਪ ਕਿਉਂ ਨਹੀਂ ਕਰਦੇ ਵੀ ਦਫ਼ਤਰਾਂ ਦੇ ਵਿੱਚ ਇੱਕ ਟਾਈਮ ਤੇ ਕਿਉਂ ਨਹੀਂ ਆ ਰਹੇ ਤਨਖਾਹਾਂ ਤਾਂ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਅਸੀਂ ਸਾਡਾ ਸਿਸਟਮ ਸਾਰਾ ਇਹਨਾਂ ਦੇ ਮੰਨ ਕੇ ਚੱਲੋ ਵੀ ਟਾਈਮ ਤੇ ਨਾ ਆਉਣ ਕਰੇ ਸਾਡੀ ਖੱਜਲ ਖਵਾਰੀ ਹੁੰਦੀ ਹੈ ਇਹ ਸਭ ਤੋਂ ਵੱਡਾ ਕਾਰਨ ਇਹ ਆ ਸਾਡਾ ਤੋੜੀ ਫਿਰ ਜੋ ਮਸਲਾ ਲੈ ਕੇ ਗਏ ਸੀ ਤੁਸੀਂ ਉਹ ਹੱਲ ਹੋਇਆ ਹੱਲ ਹਾਂ ਜਦੋਂ ਫਿਰ ਮੈਂ ਦੂਸਰੇ ਦਿਨ ਫਿਰ ਤੀਸਰੇ ਦਿਨ ਮੈਂ ਗਿਆ ਜਦੋਂ ਮੈਂ ਮੇਰਾ ਫੇਰ ਕੰਮ ਸੀ ਮੈਂ ਫਰਦ ਘਣਾਉਣੇ ਸੀ ਜਦੋਂ ਮੈਂ ਜਾ ਕੇ ਦੇਖਿਆ ਤਾਂ ਪਟਵਾਰੀ ਆਏ ਹੋਏ ਸੀਗੇ ਇਹ ਪੂਰੇ ਪੰਜਾਬ ਦਾ ਮੁੱਦਾ ਪੂਰੇ ਪੰਜਾਬ ਦੇ ਵਿੱਚ ਜਿੰਨਾ ਵੀ ਇਹਨਾਂ ਨੇ ਜਲੀਲ ਕਰ ਛੱਡਿਆ ਪਟਵਾਰੀਆਂ ਨੇ ਕੰਨਗਵਾਣੇ ਮਤਲਬ ਤਹਿਸੀਲਦਾਰ ਤੇ ਵੀ ਟਿੱਪਣੀ ਕਰਦਾ ਮੈਂ ਤਹਿਸੀਲਦਾਰ ਵੀ ਜਦੋਂ ਮੰਨ ਕੇ ਚੱਲੋ ਵੀ ਸਾਡੀਆਂ ਅਸੀਂ ਕਿਸੇ ਨੂੰ ਅਸੀਂ ਸਾਡਾ ਨਾ ਮੇਰੀ ਦਾਦੇ ਦੀ ਜ਼ਮੀਨ ਹੈ ਮੇਰੇ ਫਾਦਰ ਸਾਹਿਬ ਦੀ ਜ਼ਮੀਨ ਹੈ ਮੈਂ ਉਹਦਾ ਇੰਤਕਾਲ ਚੜਵਾਉਣਾ ਹੈ ਇੰਤਕਾਲ ਚੜਾਉਣ ਤੇ ਇਹ ਘੱਟੋ ਘੱਟ ਇੱਕ ਏਕੜ ਦੇ ਮਗਰ 3-3 4-4000 ਰੁਪਏ 5-5000 ਰੁਪਏ ਤਿੱਕਰ ਲੈਂਦੇ ਨੇ ਜੇ 10 ਏਕੜ ਦਾ ਕਿਸੇ ਨੇ ਮੰਨ ਕੇ ਚੱਲ ਵੀ ਆਪਣਾ ਹੋ ਚੜਾਉਣਾ ਹੈ ਇੰਤਕਾਲ ਚੜਾਉਣਾ ਹੈ ਤਾਂ ਇਹ 60-70000 ਲੱਖ ਤਿੱਕਰ ਵੀ ਮੰਗ ਕਰਦੇ ਨੇ ਜੇ ਮੰਨ ਕੇ ਚੱਲ ਮੇਰੀ ਜ਼ਮੀਨ ਹੈ ਮੇਰੇ ਫਾਦਰ ਸਾਹਿਬ ਦੀ ਜ਼ਮੀਨ ਹੈ ਮੈਂ ਉਹਦਾ ਇੰਤਕਾਲ ਚੜਾਉਣਾ ਤਾਂ ਪੜਵਾਰੀ ਇੱਕ ਗੱਲ ਕਹਿਣਗੇ ਜੀ ਐਨੇ ਪੈਸੇ ਧਰੋ ਅਸੀਂ ਫੇਰ ਇੰਤਕਾਲ ਚੜਾਵਾਂਗੇ ਉਹਦੇ ਵਿੱਚੋਂ ਕੀ ਹੁੰਦਾ ਜੀ ਜਿਵੇਂ ਮੰਨ ਕੇ ਚੱਲੋ ਇੰਤਕਾਲ ਛਡਾਉਣ ਦਾ ਇੰਤਕਾਲ ਛਡਾਉਣ ਤੋਂ ਬਾਅਦ ਉਹਨੇ ਵਿੱਚੋਂ 10 10000 ਰੁਪਏ ਦੇਣਾ ਮੰਨ ਕੇ ਚੱਲੋ ਜੀ ਕਨਗੋ ਨੂੰ ਪਟਵਾਰੀ ਤੋਂ ਬਾਅਦ ਹੁੰਦਾ ਕਨਗੋ ਜੀ ਫਿਰ ਉਹਨੇ 10 15 20000 ਰੁਪਏ ਦੇਣਾ ਮੰਨ ਕੇ ਚੱਲੋ ਤਸਵੀਲਦਾਰ ਸਾਹਿਬ ਨੂੰ 30000 ਰੁਪਏ ਹੋ ਗਿਆ ਵਿੱਚੋਂ 20000 ਰੁਪਏ ਫਿਰ ਪਟਵਾਰੀ ਆਵ ਰੱਖਦਾ ਫਿਰ ਇੰਤਕਾਲ ਚੜਦਾ ਇਸ ਤੋਂ ਵੱਡਾ ਤੁਹਾਨੂੰ ਸਭ ਤੋਂ ਵੱਡੀ ਮੁੱਦੇ ਦੀ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਵੀ ਇਹਨਾਂ ਦੀਆਂ ਕੀ ਅਣਗਾਲੀਆਂ ਨੇ ਪਟਵਾਰੀ ਕਨਗੋ ਤਸਵੀਲਦਾਰ ਇਹ ਤਿੰਨਾਂ ਦੀ ਤੁਹਾਨੂੰ ਮੈਂ ਵੱਡੀ ਹਰਕਤ ਦੱਸ ਦਿੰਨਾ 2000 ਹੈਗਿਆ ਸਾਡੀ 17 ਦੀ ਪਰਾਂ ਦੀ ਗੱਲ ਹੈ ਮੇਰੇ ਚਾਚਾ ਜੀ ਦੀ ਮੇਰੇ ਚਾਚਾ ਮੇਰੇ ਦਾਦਾ ਜੀ ਦੇ ਭਰਾ ਹੀ ਲੱਗਦੇ ਨੇਗੇ ਉਹ ਉਹਨਾਂ ਕੋਲੇ 30 32 ਏਕੜ ਜ਼ਮੀਨ ਹੈ ਉਹਦੇ ਉੱਤੇ ਕੀ ਕਰਿਆ ਜੀ ਇੱਕ ਸਾਡੇ ਕਿਸੇ ਵੀ ਫਰਜੀ ਬੰਦੇ ਨੇ 32 ਲੱਖ ਰੁਪਏ ਦੀ ਲਿਮਟ ਕਢਵਾ ਲਈ ਜਦੋਂ ਤੁਸੀਂ ਲਿਮਟ ਇੱਕ ਹੋ ਕੇ ਜਾਂਦੀ ਹੈ ਤਾਂ ਉਹ ਬੈਂਕ ਦੀ ਇੱਕ ਲਿਮਟ ਹੁੰਦੀ ਹੈ ਉਹ ਤਹਿਸੀਲ ਦੇ ਵਿੱਚੋਂ ਰਜਿਸਟਰ ਵੀ ਹੁੰਦੀ ਆ ਉਹ ਵੀ ਆ ਮੈਂ ਤੇਰੀ ਜ਼ਮੀਨ ਪਲੱਜ ਕਰ ਰਿਹਾ ਉਹ ਪਲੱਜ ਜਿਹੜੀ ਕਰਦਾ ਹੋ ਉਹ ਪਟਵਾਰੀ ਪਲੱਜ ਕਰਦਾ ਹੈ ਮਨ ਕੇ ਚੱਲੋ ਵੀ ਇਹਦੀ ਜ਼ਮੀਨ ਆਰਡ ਰਹਿਣ ਹੋ ਚੁੱਕੀ ਐ ਇਹ ਬੰਦੇ ਨੇ ਬੈਂਕ ਤੋਂ ਇਹਨਾਂ ਦਾ ਲੋਨ ਲੈਂਦਾ ਇਸ ਤੋਂ ਬਾਅਦ ਰਜਿਸਟਰੀ ਹੁੰਦੀ ਐ ਜਿਹੜੀ ਰਜਿਸਟਰੀ ਹੁੰਦੀ ਆ ਉਹ ਮੰਨ ਕੇ ਚੱਲੋ ਉਹ ਤਸਦੀਲਦਾਰ ਕਰਦਾ ਰਜਿਸਟਰੀ ਜਦੋਂ ਰਜਿਸਟਰੀ ਹੋਈ ਐ ਇੱਕ 30 32 ਲੱਖ ਰੁਪਏ ਦੀ ਇੱਕ ਜਾਲੀ ਲਿਮਟ ਹੋ ਰਹੀ ਐ ਤਸਦੀਲ ਦੇ ਵਿੱਚੋਂ ਤਾਂ ਉਹਦਾ ਤੁਸੀਂ ਦੋਸ਼ੀ ਕਿਹਨੂੰ ਮੰਨੋਗੇ ਦੋਸ਼ੀ ਸਭ ਤੋਂ ਵੱਡਾ ਉਹਦੇ ਵਿੱਚ ਪਟਵਾਰੀ ਐ ਕਨਗੋ ਐ ਤਸਦੀਲਦਾਰ ਐ ਉਹ ਮੈਂ ਜੇ ਕਿਤੇ ਉਹ ਮੇਰੇ ਜ਼ਮੀਨ ਤੇ ਹੋਈ ਹੁੰਦੀ ਮੈਂ ਉੱਥੇ ਨਰਵਾਈ ਵਰਤਗਾ ਸਾਡਾ ਦੂਸਰਾ ਪਰਿਵਾਰ ਨਰਮ ਐ ਉਹਨਾਂ ਨੇ ਤਹਿਸੀਲਦਾਰ ਪਟਵਾਰੀ ਕਨਗੂ ਨੂੰ ਨਹੀਂ ਘੜਿਸਿਆ ਵਿੱਚ ਉਹ ਹੁਣ ਅੰਡਰ ਕੋਡ ਕੇ ਚੱਲ ਰਿਹਾ ਹੋ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਉੱਥੇ ਉਹ ਜਿਹੜਾ ਮੰਨ ਕੇ ਚੱਲ ਜਿਹੜੇ ਬੰਦੇ ਨੇ ਲਿਮਟ ਕਰਾਈ ਸੀ ਉਹਦਾ ਸਜ਼ਾ ਕੱਟ ਕੇ ਆ ਗਿਆ ਉਹ ਜਿਹੜੇ ਬੰਦੇ ਨੇ ਲਿਮਟ ਕਰਵਾਈ ਸੀ ਉਹਨੇ ਪਟਵਾਰੀ ਨੂੰ ਵੀ ਪੈਸੇ ਦਿੱਤੇ ਨੇ ਉਹਨੇ ਤਹਿਸੀਲਦਾਰ ਨੂੰ ਹੀ ਪੈ ਦਿੱਤੇ ਨੇ ਇਹਦੇ ਵਿੱਚ ਕਨਗੋ ਵੀ ਆਉਂਦਾ ਮੈਂ ਕਿਹਾ ਕਨਗੋ ਦੀ ਵੀ ਸਾਈਨ ਹੁੰਦੇ ਨੇ ਬਕਾਇਦਾ ਤੁਸੀਂ ਇਲਜ਼ਾਮ ਤਾਂ ਬਹੁਤ ਵੱਡੇ ਵੱਡੇ ਲਾ ਰਹੇ ਹੋ ਸਬੂਤ ਹੈ ਤੁਹਾਡੇ ਕੋਲ ਸਬੂਤ ਤਾਂ ਕਿਸ ਕੋਰਟ ਦੇ ਵਿੱਚ ਕੇਸ ਹੈ ਤੁਸੀਂ ਕਢਵਾ ਕੇ ਦੇਖ ਸਕਦੇ ਹੋ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਹੈ 30 32 ਲੱਖ ਰੁਪਏ ਦੀ ਲਿੰਮਟ ਦਾ ਕੇਸ ਚੱਲ ਰਿਹਾ ਹੈ ਉਹ ਉਸ ਤੋਂ ਵੱਡਾ ਸਬੂਤ ਕਿਹੜਾ ਹੋਊਗਾ ਕੋਰਟ ਤੋਂ ਵੱਡਾ ਕੋਈ ਸਬੂਤ ਹੈ ਤੁਸੀਂ ਮੈਨੂੰ ਆਪ ਹੀ ਦੱਸੋ ਕੋਰਟ ਤੋਂ ਵੱਡਾ ਤਾਂ ਕੋਈ ਸਬੂਤ ਨਹੀਂ ਹੋ ਸਕਦਾ 32 33 ਲੱਖ ਰੁਪਏ ਦੀ ਲਿਮਟ ਹੋਈ ਹੋਈ ਆ ਉਹ ਪੂਰੇ ਪੰਜਾਬ ਦੇ ਵਿੱਚ ਉਹ ਗੱਲ ਦਾ ਪਤਾ ਹੈ ਇਹ ਪਟਵਾਰੀਆਂ ਕਰਨਗੁੰਦਾ ਜਿਹੜੇ ਐਡੇ ਵੱਡੇ ਇਹ ਜਿਹੜੇ ਤਹਿਸੀਲਦਾਰ ਨੇ ਐਡੇ ਐਡੇ ਕਰਪਸ਼ਨ ਆ ਪੰਜਾਬ ਦੇ ਵਿੱਚ ਕੀ ਜਾਂਦੇ ਨੇ ਇੱਕ ਤਹਿਸੀਲਦਾਰ ਤੁਹਾਨੂੰ ਮੈਂ ਇੱਕ ਹੋਰ ਮੈਂ ਸਭ ਤੋਂ ਵੱਡੀ ਗੱਲ ਦੱਸਦਾ ਇੱਕ ਤਹਿਸੀਲਦਾਰ ਰਜਿਸਟਰੀ ਮੰਨ ਕੇ ਚੱਲ ਕਰਨ ਦਾ ਬਹੁਤ ਬਹੁਤ ਪੈਸੇ ਲੈਂਦੇ ਨੇਗੇ ਜਦੋਂ ਕਿਸੇ ਦਾ ਇੱਕ ਨੰਬਰ ਦਾ ਕੰਮ ਵੀ ਕਰਨਾ ਹੈ ਚਲੋ 2 ਨੰਬਰ ਦਾ ਤਾਂ ਪੈਸਾ ਦਿੰਦੇ ਚਲੋ ਯਾਰ ਦੁਨੀਆ ਇਹ ਆਪਣੇ ਦੇਸ਼ 'ਚ ਕ腐ਪਸ਼ਨ ਹੀ ਹੈਗੀ ਆ ਲੋਕਾਂ ਨੂੰ ਜਿਹੜੇ ਸਾਡੇ ਭੋਲੇ ਜੱਟ ਨੇਗੇ ਸਾਡੇ ਜ਼ਿਮੀਂਦਾਰ ਨੇ ਜਾਂ ਹੋਰ ਕਿਸੇ ਮਜ਼ਦੂਰ ਵਰਗ ਦੇ ਲਾ ਲੋ ਜਿਹੜੇ ਭੋਲੇ ਲੋਕ ਨੇ ਉਹਨਾਂ ਨੂੰ 1 ਨੰਬਰ ਦਾ ਹੀ ਪੈਸਾ ਦੇਣਾ ਪੈਂਦਾ 1 ਨੰਬਰ ਕੰਮ ਕਰਵਾਉਣ ਦਾ ਵੀ ਜਿਵੇਂ ਮੇਰੀ ਕੋਈ ਜ਼ਮੀਨ ਆ ਮੇਰਾ ਕੋਈ ਪਲਾਟ ਆ ਮੈਂ ਉਹਦੇ ਕੋਈ ਆਪਦਾ 1 ਨੰਬਰ ਦਾ ਕੰਮ ਕਰਾ ਰਿਹਾ ਆ ਅਗਲਾ ਉਹਦੀ ਖੱਜਲ ਖਵਾਰੀ ਹਰਾਸ ਮੰਟ ਦਾ ਮਾਰਾ ਅਗਲਾ ਕਹਿੰਦਾ ਯਾਰ ਪੈਸੇ ਦੇ ਦੇ ਇਹਨੂੰ ਕੰਮ ਕਰਵਾ ਲੈ ਮੈਂ ਇੱਥੇ ਕਿੱਥੇ ਜਲੀਲ ਹੋਊਂਗਾ ਦਫ਼ਤਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਲੋਕ ਧੱਕੇ ਖਾਣ ਦੇ ਮਾਰੇ ਪੈਸੇ ਦੇ ਕੇ ਖੜਾ ਖੜਾਉਂਦੇ ਨੇ ਵੀ ਕੰਮ ਹੋ ਜੇ ਇਹਨਾਂ ਦੀਆਂ ਇਹੇ ਮਾੜੀਆਂ ਹਰਕਤਾਂ ਨੇ ਗਿਆ ਪਰ ਜੋ ਕੁਝ ਤੁਸੀਂ ਉੱਥੇ ਦਫ਼ਤਰ ਦੇ ਵਿੱਚ ਜਾ ਕੇ ਕੀਤਾ ਤੁਹਾਡੇ ਤੇ ਪਰਚਾ ਵੀ ਹੋ ਸਕਦਾ ਸੀ ਮੈਂ ਕਹਣਾ ਚਾਹੇ ਮੇਰੇ ਤੇ ਇੱਕ ਪਰਚਾ ਹਟ ਤੇ ਪੰਜ ਪਰਚੇ ਕਰ ਦੇਣ ਪਰਚਿਆਂ ਤੋਂ ਥੋੜਾ ਡਰਦੇ ਆ ਮੇਰੇ ਨਾਲ ਸਾਡੇ ਨਾਲ ਲੋਕ ਨੇ ਸੱਚ ਦੇ ਮੈਂ ਕੋਈ ਉੱਥੇ ਝੂਠ ਥੋੜ ਨੂੰ ਬੋਲ ਰਿਹਾ ਉੱਥੇ ਜਾ ਕੇ ਉੱਥੇ ਪੂਰੀ ਟਾਈਮਿੰਗ ਮੈਂ ਜਿਹੜਾ ਉੱਪਰ ਟਾਈਮ ਇੱਕ ਘੰਟਾ ਲੱਗਿਆ ਹੋਇਆ ਸੀਗਾ ਮੈਂ ਪੂਰੀ ਟਾਈਮਿੰਗ ਮੇਰੀ ਵੀਡੀਓ ਦੇ ਵਿੱਚ ਦਿਖਾਈ ਆ ਵੀ ਆਹ ਟਾਈਮ ਹੋ ਗਿਆ ਵੀ ਕਿਉਂ ਨਹੀਂ ਆਏ ਉੱਥੇ ਦੋ ਤਿੰਨ ਪਟਵਾਰੀਆਂ ਨੂੰ ਜਿੱਥੇ ਦੋ ਤਿੰਨ ਪਟਵਾਰੀਆਂ ਦਾ ਇਹ ਕੰਮ ਸੀ ਵੀ ਪਿੰਡ ਨਾ ਗਏ ਹੁਣ ਵੀ ਮੰਨ ਕੇ ਚੱਲ ਵੀ ਮੇਰੇ ਪਿੰਡ ਕੋੜਦੁੰਨੇ ਗਏ ਹੋਣਗੇ ਜਾਂ ਹਸਪਾਲ ਕਲਾਂ ਮੈਂ ਉੱਥੇ ਬਕਾਇਦਾ ਮੈਂ ਉਹਦੇ ਵੀਡੀਓ ਦੇ ਵਿੱਚ ਫੋਨ ਲਾ ਕੇ ਪੁੱਛਿਆ ਕਹਿੰਦੇ ਇੱਥੇ ਪਟਵਾਰੀ ਨਹੀਂ ਪਹੁੰਚੇ ਪਟਵਾਰੀ ਦੋ ਜਗ੍ਹਾ ਤੇ ਪਹੁੰਚ ਸਕਦਾ ਜਾਂ ਤਾਂ ਪਿੰਡ ਪਹੁੰਚਿਆ ਹੋਊਗਾ ਵੀ ਜਾਂ ਦਫ਼ਤਰ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਕਿਉਂਕਿ ਹੁਣ ਤਾਂ ਪ ਦੂਜੀ ਗੱਲ ਉਹ ਹੁੰਦਾ ਵੀ ਜਾ ਇਹਨਾਂ ਕੋਲੇ ਬਹਾਨਾ ਹੁੰਦਾ ਜੀ ਮੇਰੀ ਮੇਰੀ ਤਾਂ ਜੀ ਉੱਥੇ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਸੀਗਾ ਸਾਨੂੰ ਐਸਟੀਐਮ ਸਾਹਿਬ ਨੇ ਬੁਲਾਇਆ ਸੀਗਾ ਇੱਕੋ ਇੱਕ ਸਬੂਤ ਹੈ ਗੱਲ ਦਾ ਕਿਸੇ ਨੇ ਨਹੀਂ ਸੀ ਬੁਲਾਇਆ ਹੋਇਆ ਜੇ ਕੋਈ ਮੈਨੂੰ ਕੋਈ ਡਿਪਾਰਟਮੈਂਟ ਵਾਲਾ ਕਹਦੇ ਵੀ ਆਹ ਇੱਥੇ ਪਟਵਾਰੀ ਹੈਗੇ ਸੀਗੇ ਮੈਂ ਮੈਂ ਮੇਰੇ ਤੇ ਪਰਚਾ ਹੋਣਾ ਚਾਹੀਦਾ ਸੋ ਤੁਸੀਂ ਪਟਵਾਰੀਆਂ ਦੇ ਉੱਤੇ ਬਹੁਤ ਵੱਡੇ ਵੱਡੇ ਇਲਜ਼ਾਮ ਲਗਾਏ ਨੇ ਤਹਿਸੀਲਦਾਰ ਨੂੰ ਤੁਸੀਂ ਜਿਹੜਾ ਕਟਹਿਰੇ ਦੇ ਵਿੱਚ ਲੈ ਕੇ ਆਂਦਾ ਹੈ ਤੁਹਾਡੇ ਕੋਲ ਪਰ ਸਾਰੇ ਪਟਵਾਰੀ ਇੱਕੋ ਜਿਹੇ ਨਹੀਂ ਹੁੰਦੇ ਮੈਂ ਪਟਵਾਰੀ ਤਹਿਸੀਲਦਾਰ ਮੈਂ ਇਕੱਲਾ ਇਹਨਾਂ ਤੇ ਇਲਜ਼ਾਮ ਨਹੀਂ ਲਾ ਰਿਹਾ ਮੈਂ ਪੂਰੇ ਸਾਡਾ ਜਿਹੜਾ ਸਰਕਾਰੀ ਸਿਸਟਮ ਹੈ ਢਾਂਚਾ ਮੈਂ ਉੱਤੇ ਇਲਜ਼ਾਮ ਲਾ ਰਿਹਾ ਪੂਰੀ ਪੰਜਾਬ ਸਰਕਾਰ ਤੇ ਵੀ ਇਲਜ਼ਾਮ ਲਾ ਰਿਹਾ ਇਕੱਲਾ ਤੁਸੀਂ ਪਟਵਾਰੀ ਤਹਿਸੀਲਦਾਰ ਸਾਡੇ ਸਰਕਾਰੀ ਅਫਸਰ ਛੱਡ ਕੇ ਮੈਂ ਮੰਤਰੀਆਂ ਤੇ ਵੀ ਇਲਜ਼ਾਮ ਲਾ ਰਿਹਾ ਜੀ ਮੇਰੇ ਸਾਰਿਆਂ ਤੇ ਇਲਜ਼ਾਮ ਲੱਗੇ ਜੀ ਤੁਸੀਂ ਮੰਨ ਕੇ ਚਲੋ ਇੱਕ ਐਮਐਲਏ ਬਣ ਗਿਆ ਇੱਕ ਐਮਐਲਏ ਵੋਟਾਂ ਪਹਿਲਾਂ ਤਾਂ ਜੀ ਬੜਾ ਮਿੰਤਾਂ ਕੱਢਣਗੇ ਸੀ ਸੀ ਐਮਐਲਏ ਬਣਾ ਅਸੀਂ ਵੋਟਾਂ 'ਚ ਖੜੇ ਹੋ ਰਹੇ ਹਾਂ ਜਦੋਂ ਉਹਨਾਂ ਨੂੰ ਪਤਾ ਵੀ ਸਾਡੇ ਪ੍ਰਾਈਵੇਟ ਕੰਮ ਨਹੀਂਗੇ ਅਸੀਂ ਆਪਣੇ ਪਰਸਨਲ ਆ ਅਸੀਂ ਆਪਣੀ ਆਪਣੀ ਜਿਹੜੀ ਸਾਡੀ ਪਰਸਨਲ ਲਾਈਫ ਆ ਅਸੀਂ ਉਹ ਜੀ ਬਿਜੀ ਰਹਿਣਾ ਤਾਂ ਉਹਨੂੰ ਕੀ ਜ਼ਰੂਰੀਆਂ ਨੂੰ ਐਮਐਲਏ ਮੰਤਰੀ ਬਣਨਾ ਉਹਨੂੰ ਜ਼ਰੂਰੀ ਆ ਉਹ ਲੋਕਾਂ ਦੀ ਜਦੋਂ ਜਿਹੜੇ ਲੋਕਾਂ ਦੀ ਜੇ ਲੋਕਾਂ ਦੀ ਸੇਵਾ ਸਾਹਮਦਾ ਤਾਂ ਉਹ ਲੋਕਾਂ ਦੇ 24 ਘੰਟ 24 ਘੰਟੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹੇ ਇਹ ਬਣ ਕੇ ਐਮਐਲਏ ਬਣ ਕੇ ਮੰਤਰੀ ਕਿਤੇ ਬਾਹਰ ਭੱਜ ਕੇ ਕਿਤੇ ਆਪਣੇ ਪਰਸਨਲ ਕੰਮਾਂ 'ਤੇ ਭੱਜ ਕੇ ਇਹ ਸਾਰਾ ਸਿਸਟਮਿਕ ਕ੍ਰਾਪਸ਼ਨ ਆ ਚਾਹੇ ਤੁਸੀਂ ਪੁਲਿਸ ਡਿਪਾਰਟਮੈਂਟ ਲਾ ਲਓ ਜਿਹੜਾ ਮਰਜੀ ਡਿਪਾਰਟਮੈਂਟ ਲਾ ਲਓ ਸਾਰਿਆਂ 'ਚ ਹੀ ਕ ਤੁਸੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਹੋ ਤੇ ਇਹਦਾ ਹੱਲ ਕੀ ਹੈ ਸਮੱਸਿਆ ਦਾ ਸਿਸਟਮ ਕਿਵੇਂ ਸੁਧਰ ਸਕਦਾ ਹੈ ਸਿਸਟਮ ਤੁਹਾਨੂੰ ਮੈਂ ਗੱਲ ਆਉਣਾ ਸਿਸਟਮ ਇਹ ਸਾਰੀ ਇਹ ਸਿਸਟਮ ਸੁਧਰ ਸੁਧਰ ਨਹੀਂ ਤੁਹਾਨੂੰ ਮੈਂ ਗੱਲ ਲਾ ਦਣਾ ਇੱਕ ਜਿਵੇਂ ਕਿ ਪੰਜਾਬ ਦੇ ਗਵਰਨਮੈਂਟ ਚੁਣੀ ਜਾਂਦੀ ਹੈ ਇੱਕ ਚਲੋ ਕਾਂਗਰਸ ਹੁਣ ਕਾਂਗਰਸ ਚੱਲ ਰਹੀ ਹੈ ਮੈਂ ਕਾਲੀਦਾਲ ਕਾਂਗਰਸ ਨੂੰ ਮੈਂ ਕਿਸੇ ਨੂੰ ਚੰਗਾ ਨਹੀਂ ਸਮਝ ਰਿਹਾ ਇੱਕ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਬਾਗ ਡੋਰ ਹੈ ਕੈਪਟਨ ਅਮਰਿੰਦਰ ਸਿੰਘ ਕੋਲੇ ਪੰਜਾਬ ਦੀ ਪੂਰੀ ਪਾਵਰ ਹੈ ਉਹ ਕੁਝ ਵੀ ਕਰ ਸਕਦਾ ਉਹਦੇ ਅੰਡਰ ਡੀਸੀ ਐਸਡੀਮ ਪੁਲਿਸ ਦਾ ਐਸਐਸਪੀ ਜਿੰਨੇ ਵੀ ਅਫਸਰ ਨੇ ਉਹਦੇ ਅੰਡਰ ਨੇਗੇ ਮੰਨ ਕੇ ਚੱਲੋ ਗ੍ਰਾਹ ਮਤਰਾਲਾ ਵੀ ਉਸੇ ਕੁਲੀ ਆ ਸੁਦਰਨ ਜੀ ਤੁਹਾਨੂੰ ਮੈਂ ਗੱਲ ਦੱਸ ਦਿੰਨਾ ਇੱਕ ਆਪਣੇ ਜਿੰਨੇ ਵੀ ਮੰਨ ਕੇ ਚੱਲੋ ਡਿਸਟ੍ਰਿਕਟ ਦੇ ਵਿੱਚ ਅਫਸਰ ਦੋ ਮੇਨ ਕਿਹੜੇ-ਕਿਹੜੇ ਹੁੰਦੇ ਨੇ ਮੈਨੂੰ ਦੱਸੋ ਡੀਸੀ ਤੇ ਐਸਐਸਪੀ ਹੁੰਦੇ ਨੇ ਐਸਐਸਪੀ ਕੋਲੇ ਪੁਲਿਸ ਡਿਪਾਰਟਮੈਂਟ ਹੁੰਦਾ ਹੈ ਡੀਸੀ ਕੋਲੇ ਸਾਰਾ ਸਿਸਟਮ ਹੁੰਦਾ ਇੱਕ ਮੰਨ ਕੇ ਚੱਲ ਡੀਸੀ ਨੂੰ ਕਿਹਾ ਜਾਵੇ ਵੀ ਤੇਰੇ ਅੰਡਰ ਜਿੰਨਾ ਵੀ ਤੇਰੇ ਸਿਸਟਮ ਆਉਂਦਾ ਐ ਐਸਡੀ ਮਾ ਆਉਂਦਾ ਤੇ ਸੂਚਿਲਦਾਰ ਆਉਂਦੇ ਨੇ ਐਸਐਸਪੀ ਵੀ ਤੇਰੇ ਅੰਡਰ ਆਉਂਦਾ ਹੈ ਵੀ ਜੇ ਤੇਰੇ ਡਿਸਟ੍ਰਿਕਟ ਦੇ ਵਿੱਚ ਕੋਈ ਕ੍ਰਾਪਸ਼ਨ ਹੁੰਦੀ ਹੈ ਤੇਰੇ ਡਿਸਟ੍ਰਿਕਟ ਦੇ ਵਿੱਚ ਕੋਈ ਕ੍ਰਾਪਸ਼ਨ ਹੁੰਦੀ ਹੈ ਕੋਈ ਮੰਨ ਕੇ ਚੱਲ ਵੱਡੀ ਮੱਛੀ ਫੜੀ ਜਾਂਦੀ ਹੈ ਜਾਂ ਤਾਂ ਉਹਨੂੰ ਤੂੰ ਡਿਸਮਿਸ ਕਰ ਫੜ ਕੇ ਉਹਨੂੰ ਸਸਪੈਂਡ ਕਰ ਉਹਨੂੰ ਸਿੱਧਾ ਨਹੀਂ ਮੈਂ ਤੈਨੂੰ ਸਸਪੈਂਡ ਕਰੂੰਗਾ ਜਦੋਂ ਮੰਨ ਕੇ ਕੀ ਹੁੰਦਾ ਵੀ ਇੱਕ ਉੱਥੇ ਕਿਸੇ ਤੇ ਪਹਿਲੀ ਗਲਤੀਆਂ ਇਲਜ਼ਾਮ ਜਦੋਂ ਕਿਸੇ ਤੇ ਲਾਇਆ ਜਾਂਦਾ ਕਿਸੇ ਤੋਂ ਵੀ ਉਹਨੂੰ ਉਹਨੂੰ ਬਹਾਲ ਕਰ ਦਿੱਤਾ ਜਾਂਦਾ ਥੋੜੇ ਟਾਈਮ ਬਾਅਦ ਜੇ ਇੱਕ ਬੰਦੇ ਨੇ ਕਿਸੇ ਨੇ ਕੋਈ ਅਫਸਰ ਨੇ ਗਲਤੀ ਕੀਤੀ ਉਹਨੂੰ ਸਦਾ ਸਸਪੈਂਡ ਕਰਨਾ ਚਾਹੀਦਾ ਉਹਨੂੰ ਸਦਾ ਸਸਪੈਂਡ ਕਰੋ ਉਹਦੇ ਸਸਪੈਂਡ ਕਰਿਆ ਸਾਰੇ ਅਫਸਰਾਂ ਨੂੰ ਮੈਸੇਜ ਜਾਊਗਾ ਵੀ ਜੇ ਉਹਨੇ ਕੋਈ ਗਲਤੀ ਕੀਤੀ ਸੀ ਤਾਂ ਉਹ ਅੱਜ ਸਦਾ ਸਸਪੈਂਡ ਹੈ ਜੇ ਅਸੀਂ ਗਲਤੀ ਕਰਾਂਗੇ ਤਾਂ ਸਾਨੂੰ ਵੀ ਇਹੀ ਖਮਾਜਾ ਭੁਗਤਣਾ ਪੈਣਾ ਇਹ ਮੰਨ ਕੇ ਚੱਲੋ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਕਰਪਸ਼ਨ ਹੋ ਗਈ ਸਦਾ ਡੀਸੀ ਨੂੰ ਮੈਂ ਕਹਿੰਦਾ ਸਸਪੈਂਡ ਕਰਿਆ ਜਾਵੇ ਐਸਐਸਪੀ ਨੂੰ ਫੜ ਕੇ ਸਸਪੈਂਡ ਕਰਿਆ ਜਾਵੇ ਦੂਜੀ ਗੱਲ ਆ ਕਿ ਨਸ਼ੇ ਦੀ ਨਸ਼ਾ ਹੁਣ ਕਿਵੇਂ ਨਸ਼ਾ ਕਹਿੰਦੇ ਵੀ ਵੱਡੇ ਵੱਡੇ ਇਲਜ਼ਾਮ ਲਾ ਰਹੇ ਨੇ ਵੀ ਨਸ਼ਾ ਨਹੀਂ ਬੰਦ ਹੋ ਰਿਹਾ ਨਸ਼ਾ ਇੱਕ ਐਸਐਚਓ ਥਾਣੇ ਦੇ ਖੁਦ ਵਕਾਰ ਰਹੇ ਨੇ ਪੈਸਾ ਲੈ ਕੇ ਇੱਕ ਮੰਨ ਕੇ ਚਲੋ ਇੱਕ ਥਾਣੇ ਅੰਡਰ 15 16 20 ਪਿੰਡ ਆਉਂਦੇ ਨੇਗੇ ਉਹ ਪਿੰਡਾਂ ਦੇ ਵਿੱਚੋਂ ਜਿਹੜੇ ਮੰਨ ਕੇ ਨਸ਼ਾ ਵੇਚਣ ਵਾਲੇ ਮੁੰਡੇ ਲਾ ਲਓ ਜੋ ਵੀ ਲਾ ਲਓ ਉਹ ਕੀ ਕਰਦੇ ਨੇ ਜਿਵੇਂ ਉਹ 50000 ਦਾ ਉਹਨਾਂ ਨੇ ਨਸ਼ਾ ਵੇਚਿਆ ਤਾਂ 30000 ਰੁਪਏ ਥਾਣੇ ਜੀ ਦੇ ਕੇ ਉਹਨਾਂ ਨੇ 20000 ਰੁਪਏ ਉਹ ਆਪ ਦੇ ਕੋਲੇ ਰੱਖਦੇ ਨੇ ਇਹ ਕਾਰਨ ਹੈ ਇੱਕ ਐਸਐਚਓ ਨੂੰ ਫੜ ਕੇ ਐਸਐਸਪੀ ਸਦਾ ਸਸਪੈਂਡ ਕਰੇ ਜੀ ਇਹ ਤਾਂ ਕਿਤੇ ਕਰਪਸ਼ਨ ਜਾ ਕੇ ਰੁਕ ਸਕਦੀ ਹੈ ਇੱਕ ਸੀਐਮ ਕੋਲੇ ਪਾਵਰ ਹੈ ਸੀਐਮ ਥੱਲੇ ਕੈबिनेट ਮੰਤਰੀ ਹੁੰਦੇ ਨੇ ਅਲੱਗ-ਅਲੱਗ ਲ ਜਦੋਂ ਸਾਡਾ ਢਾਂਚਾ ਸਾਡੇ ਸੀਐਮ ਦਾ ਨਹੀਂ ਠੀਕ ਹੈਗਾ ਸੀਐਮ ਸਾਡਾ ਢਾਂਚਾ ਹੀ ਨਹੀਂ ਸਹੀ ਚਲਾ ਰਿਹਾ ਉਹਨੂੰ ਕੈਬਨਟ ਮੰਤਰੀਆਂ ਦਾ ਨਹੀਂ ਪਤਾ ਉਹਨੂੰ ਥੱਲੇ ਸਾਡੇ ਡੀਸੀਆਂ ਦਾ ਨਹੀਂ ਪਤਾ ਡੀਸੀ ਤੋਂ ਉੱਪਰ ਹੁੰਦੇ ਨੇ ਆਪਣੇ ਕਮਿਸ਼ਨਰ ਆ ਜਾਂਦੇ ਨੇ ਕਿ ਠੀਕ ਆ ਜਿਹੜਾ ਮੰਨ ਕੇ ਚੱਲ ਸਾਡਾ ਆਪਣੇ ਸਾਨੂੰ ਪਟਿਆਲਾ ਦਾ ਕਮਿਸ਼ਨਰ ਆਫਸਰ ਪੈਂਦਾ ਇਹਨਾਂ ਨੂੰ ਕੋਈ ਚੰਗਾ ਹੈਗਾ ਮੈਂ ਕਹਣਾ ਵੀ ਇੱਕ ਇੱਕ ਸੀਐਮ ਨੂੰ ਚਾਹੀਦਾ ਉਹ ਡੀਸੀਆਂ ਦੇ ਨਾਲ ਮੀਟਿੰਗ ਕਰੇ ਐਸਐਸਪੀਆਂ ਨਾਲ ਮੀਟਿੰਗ ਕਰੇ ਇਹਦੋਂ ਜਿਹੜੇ ਵੱਡੇ ਅਫਸਰ ਆ ਗਏ ਉਹਨਾਂ ਨਾਲ ਮੀਟਿੰਗ ਕਰੇ ਵੀ ਜੇ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਤੁਹਾਡੇ ਅੰਦਰ ਅੰਡਰ ਡਿਸਟ੍ਰਿਕਟ ਪੈਂਦਾ ਜਿਹੜਾ ਅੰਡਰ ਕੋਈ ਸਿਸਟਮ ਹਲਦਾ ਤਾਂ ਸਾਨੂੰ ਫੜ ਕੇ ਸਦਾ ਸਸਪੈਂਡ ਕਰੂੰਗਾ ਡਸਮਿਸ ਕਰੂੰਗਾ ਫੇਰ ਕਿਤੇ ਜਾ ਕੇ ਸਾਡਾ ਢਾਂਚਾ ਠੀਕ ਹੋ ਸਕਦਾ ਤੁਸੀਂ ਜਿਵੇਂ ਦੱਸ ਦਿਓ ਕਿ ਤੁਹਾਡੀ ਬੈਕਗ੍ਰਾਉਂਡ ਜ਼ੱਟ ਜ਼ਿੰਮੇਵਾਰ ਦੀ ਹੈਗੀ ਹੈ ਸਿਸਟਮ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਜ਼ੱਟ ਜ਼ਿੰਮੇਵਾਰ ਦਾ ਚਾਹੇ ਉਹ ਉਤਪਾਦਨ ਨੂੰ ਲੈ ਕੇ ਹੋਵੇ ਜਾਂ ਹੋਰ ਵਪਾਰ ਨੂੰ ਲੈ ਕੇ ਹੋਵੇ ਸਾਰਾ ਸਿਸਟਮ ਹੈ ਜਿਹੜਾ ਸਾਡਾ ਪੰਜਾਬ ਦੁਦੇ ਤੇ ਖੜਾ ਹੈ ਪਰ ਕਿਤੇ ਨਾ ਕਿਤੇ ਝੋਨੇ ਤੇ ਕਣਕ ਦੇ ਵਿੱਚ ਜਿਹੜਾ ਜ਼ਿੰਮੇਦਾਰ ਫਸਿਆ ਹੋਇਆ ਹੈ ਇਸ ਲਈ ਕਿ ਨੂੰ ਜ਼ਿੰਮੇਵਾਰ ਮੰਨ ਕੇ ਇਸ ਲਈ ਸਭ ਤੋਂ ਵੱਡੀ ਜ਼ਿੰਮੇਵਾਰ ਸਰਕਾਰ ਹੈ ਇੱਕ ਸਰਕਾਰ ਕਿਵੇਂ ਆ ਮੈਨੂੰ ਹੁਣ ਇਹ ਗੱਲ ਦਾ ਲੋਕਾਂ ਦੇ ਕਵਾਚ ਨੂੰ ਹੋਊਗਾ ਵੀ ਸਰਕਾਰ ਦੀ ਸਾਰੀ ਮੁੜ ਕੇ ਗੱਲਬਾਤ ਆ ਜਾਂਦੀ ਹੈ ਸਰਕਾਰ ਇੱਕ ਫਸਲਾਂ ਨੂੰ ਇੱਕ ਸਿਸਟਮ ਨੂੰ ਚੇਂਜ ਕਰ ਸਕਦੀ ਹੈ ਕਿਵੇਂ ਚੇਂਜ ਕਰ ਸਕਦਾ ਹਾਂ ਤੁਹਾਨੂੰ ਦੱਸ ਦੇਣਾ ਹੁਣ ਸਰਕਾਰ ਵੀ ਕਹਿੰਦੇ ਸਾਨੂੰ ਝੋਨਾ ਨਾ ਲਾਓ ਕਣਕ ਨਾ ਬੀਜੋ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਵੀ ਖੇਤੀ ਦੇ ਵਿੱਚ ਡਿਵੈਲਪਮੈਂਟ ਕਿਵੇਂ ਆਊਗਾ ਅਸੀਂ ਫਸਲਾਂ ਸਾਡੇ ਜੱਟ ਜ਼ਿਮੀਂਦਾਰ ਅਸੀਂ ਹੋਰ ਬੀਜ ਲਾਂਗੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਮੰਡੀ ਕਰਨਾ ਔਰ ਮੰਡੀ ਕਰਨੀ ਹੈਗਾ ਜੇ ਅਸੀਂ ਫਸਲਾਂ ਹੋਰ ਬੀਜ ਲਾਂਗੇ ਉਹਨਾਂ ਦਾ ਮੰਡੀ ਕਰਨੀ ਹੈਗਾ ਝੋਨੇ ਤੇ ਕਣਕ ਦੀ ਸਾਨੂੰ ਪਤਾ ਵੀ ਸਾਡੀ ਇੰਨੀ ਇੱਕ ਪੱਕੀ ਆਮਦਨ ਹੋ ਜੂਗੀ ਝੋਨੇ ਦੇ ਫਸਲ ਦੀ ਦੋਨਾਂ ਦੋ ਫਸਲਾਂ ਬੀਜਦੇ ਆ ਸੀ 60-70000 ਰੁਪਏ ਸਾਨੂੰ ਮੰਨ ਕੇ ਚੱਲ ਸਾਨੂੰ ਮੁਨਾਫਾ ਮਿਲਦਾ 60-70000 ਰੁਪਏ ਅਸੀਂ ਕਮਾਉਣੇ ਆ ਉਹ ਸਾਡੇ ਖਰਚਿਆਂ 'ਚ ਹੀ ਚਲਾ ਜਾਂਦਾ 1 1 ਏਕੜ ਦੀ ਕਮਾਈ ਹੁਣ ਤੁਸੀਂ ਗੱਲ ਲਾ ਲਓ ਅਸੀਂ ਗੰਨਾ ਬੀਜਿਆ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਗੰਨੇ ਦਾ ਅੱਜ ਤੱਕ ਸਾਨੂੰ ਜਿਹੜਾ ਸਾਡੇ ਮਿਲਾਂ ਨੇ ਸਾਨੂੰ ਪੈਸਾ ਨਹੀਂ ਦਿੱਤਾ ਅਸੀਂ ਗੰਨਾ ਹੁਣ ਬੀਜ ਨੂੰ ਹਟ ਗਏ ਅਸੀਂ ਗੰਨਾ ਬਾਹਤਾ ਅਸੀਂ ਫਿਰ ਝੋਨਾ ਗਣਕੀ ਬੀਜਾਂਗੇ ਸਭ ਤੋਂ ਵੱਡੀ ਮੇਰੀ ਡਿਮਾਂਡ ਆ ਮੈਂ ਤਾਂ ਕਹਿੰਦਾ ਪੰਜਾਬ ਦੇ ਵਿੱਚ ਸਭ ਤੋਂ ਮਹਿੰਗੀ ਖੇਤੀ ਭੁੱਕੀ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਹੁਣ ਸਭ ਤੋਂ ਵੱਡਾ ਸਰਕਾਰ ਬਲੇ ਬਣਾਉਂਦੇ ਪੰਜਾਬ ਦੇ ਮੁੰਡੇ ਨਸ਼ੇ ਕਰਨਗੇ ਜਿੱਝ ਜਾਣਗੇ ਇਹ ਨਸ਼ੇ ਨਹੀਂ ਕਰਨਗੇ ਸਕਦੇ ਭੁੱਕੀ ਫੀਮ ਦੀ ਖੇਤੀ ਹੋਵੇ ਤਾਂ ਪੰਜਾਬ ਦੇ ਜਿਹੜੇ ਕਿਸਾਨਾਂ ਦਾ ਕਰਜ਼ਾ ਲੈ ਸਕਦਾ ਮੈਂ ਇੱਕ ਸਪਸ਼ਟੇ ਗੱਲ ਕਹਿਣਾ ਚਾਹੁੰਦਾ ਵੀ ਇਹਦੀ ਡਿਮਾਂਡ ਹੈ ਠੀਕ ਹੈ ਇਹਨਾਂ ਦਵਾਈਆਂ ਕਿੰਨੀਆਂ ਵਧੀਆ ਹੋਰ ਚੀਜ਼ਾਂ ਤਿਆਰ ਹੁੰਦੀਆਂ ਨੇ ਦੂਜੀ ਸਭ ਤੋਂ ਵੱਡੀ ਗੱਲ ਮੈਂ ਹੋਰ ਲੱਤ ਨੂੰ ਮੈਂ ਗੱਲ ਨਸ਼ੇੜੀ ਪੈਦਾ ਕਰਨੇ ਚਾਹੁੰਦੇ ਹੋ ਤੁਸੀਂ ਨਸ਼ੇੜੀ ਬਿਲਕੁਲ ਨਹੀਂ ਪੈਦਾ ਹੁੰਦੇ ਅੱਜ ਤੱਕ ਜਿਹੜਾ ਚਿੱਟਾ ਵਿਕ ਰਿਹਾ ਹੈ ਜਿਹੜੀ ਜਿਹੜੀ ਸ਼ਰਾਬ ਠੇਕਿਆਂ ਦੇ ਵਿਕ ਰਹੀ ਹੈ ਸ਼ਰਿਆਮ ਅਲਕੋਹਲ ਸਾਡੇ ਪੰਜਾਬ 'ਚ ਲੈ ਕੇ ਵੇਚਿਆ ਜਾ ਰਿਹਾ ਹੈ ਸ਼ਰਾਬ ਦੇ ਨਾਲ ਬੰਦੇ ਮਰਦੇ ਨੇਗੇ ਤੇ ਚਿੱਟੇ ਦੇ ਨਾਲ ਬੰਦੇ ਮਰਦੇ ਨੇਗੇ ਪੁੱਕੀ ਫੀਮ ਪੁੱਕੀ ਫੀਮ ਦਾ ਨਸ਼ੇ 'ਚ ਨਹੀਂ ਆਉਂਦੀ ਤੇ ਇੱਕ ਦਵਾਈਆਂ ਦੇ ਵਿੱਚ ਆਉਂਦੀ ਹੈ ਦਵਾਈਆਂ ਦੇ ਵਿੱਚ ਗਣੀ ਜਾਂਦੀ ਹੈ ਨਸ਼ੇੜੀ ਨਹੀਂ ਪੈਦਾ ਹੁੰਦੇ ਇਹ ਪੁੱਕੀ ਫੀਮ 'ਚ ਸਾਡੇ ਇੰਨਾ ਨਸ਼ਾ ਨਹੀਂ ਹੈਗਾ ਸਾਡੇ ਦਾ ਹੋਰ ਚਿੱਟੇ ਦੇ ਬਾਹਰੋਂ ਆਈ ਜਾਂਦਾ ਉਹ ਨਸ਼ਾ ਕਿੱਥੋਂ ਆਉਂਦਾ ਉਹ ਨਸ਼ਾ ਸਰਕਾਰ ਕਿਉਂ ਨਹੀਂ ਬੰਦ ਕਰ ਸਕਦੀ ਮੈਂ ਕਹਿੰਦਾ ਜੇ ਇੱਕ ਸੀਐਮ ਚਾਹੇ ਜਿਹਦੇ ਕੋਲੇ ਪੰਜਾਬ 'ਚ ਜਿਹਦੇ ਕੋਲੇ ਪਾਵਰ ਹੈ ਇੱਕ ਇੱਕ ਐਸਐਚ ਇੱਕ ਐਸਐਸਪੀ ਚਾਹੇ ਉਹਦੇ ਡਿਸਟ੍ਰਿਕਟ ਦੇ ਵਿੱਚੋਂ ਪੰਜ ਦਿਨਾਂ 'ਚ ਨਸ਼ਾ ਖਤਮ ਕਰ ਸਕਦਾ ਜਿਹੜੇ ਐਸਐਚਓ ਨਸ਼ਾ ਬਕਾਉਂਦੇ ਨੇ ਥਾਣਿਆਂ ਦੇ ਵਿੱਚ ਜੇ ਉਹਨਾਂ ਨੂੰ ਫੜ ਕੇ ਸਦਾ ਡਿਸਮਿਸ ਕਰਿਆ ਜਾਵੇ ਕਿੱਥੋਂ ਨਸ਼ਾ ਵੀ ਕੋਈ ਦੱਸੋ 15 16 20 ਪਿੰਡਾਂ ਤੋਂ ਵੱਧ ਦੇ ਇੱਕ ਐਸਐਚਓ ਦੇ ਅੰਡਰ ਆਉਂਦੇ ਨਹੀਂਗੇ ਜੀ ਸੱਚ ਤਾਂ ਆਪ ਖੁਦ ਨਸ਼ੇ ਪਰ ਵਿਚਕਾਰ ਰਹੇ ਨੇ ਭੁੱਕੀ ਵੀ ਉਹਨੂੰ ਨਸ਼ੇ ਦੇ ਵਿੱਚ ਕਦੇ ਨਹੀਂ ਗਿਣਾ ਜਾ ਸਕਦਾ ਤੇ ਕਿਸਾਨੀ ਉਹਨਾਂ ਨੂੰ ਲੈ ਕੇ ਬੜਾ ਤੁਸੀਂ ਸਰਗਰਮ ਰਹਿੰਦੇ ਹੋ ਕਿਸਾਨੀ ਨੂੰ ਲੈ ਕੇ ਕਿਉਂਕਿ ਇੱਕਦਮ ਜੀਮੇਦਾਰ ਦਾ ਪੁੱਤਰ ਹੈ ਦੂਜੀ ਸਭ ਤੋਂ ਵੱਡੀ ਮੈਂ ਉਹ ਫੈਮਿਲੀ ਨੂੰ ਬਰਾਉਂ ਕਰਦਾ ਮੇਰੇ ਦਾਦਾ ਜੀ ਪੰਜਾਬ ਦੇ ਵਿੱਚ ਕਿਸਾਨ ਜੂਨੀਅਨ ਲਿਆਉਣ ਵਾਲੇ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ ਜਿਹੜੇ 25 30 ਵਾਰੀ ਕਿਸਾਨਾਂ ਦੇ ਲਈ ਜੇਲ੍ਹ ਗਏ ਨੇਗੇ ਤੇ ਆਪਣੀਆਂ ਕਈ ਉਹਨਾਂ ਦੇ ਅੰਗ ਟੁੱਟੇ ਹੋਏ ਸੀਗੇ ਧਰਨਾ ਦੇ ਵਿੱਚ ਜਦੋਂ ਪ੍ਰਦਰਸ਼ਨ ਕਰਦੇ ਸੀ ਨੱਕ ਦੀ ਹੱਡੀ ਟੁੱਟੀ ਹੋਈ ਸੀ ਉਹਨਾਂ ਦੀ ਤੇ ਇੱਥੇ ਉਹਨਾਂ ਦੇ 6 ਬਜੂ ਸੀ ਜਦੋਂ ਪ੍ਰਦਰਸ਼ਨ ਕਰਦੇ ਹੁੰਦੇ ਇੰਨਾ ਸਾਡੇ ਜ਼ਿਮੀਦਾਰਾਂ ਲਈ ਜੇਲ੍ਹ ਦੇ ਵਿੱਚ ਗਏ ਹੋਏ ਨੇਗੇ ਉਹ ਤਾਂ ਕਰਕੇ ਮੈਂ ਉਹ ਮੇਰੀ ਉਸ ਪਰਿਵਾਰ ਨਾਲ ਕਿਉਂਕਿ ਮੈਂ ਖੁਦ ਆਪ ਕਿਸਾਨ ਦਾ ਪੁੱਤ ਆਪ ਮੈਂ ਖੇਤੀ ਕਰਦਾ ਉਸ ਕਰਕੇ ਮੈਂ ਸਾਡੀ ਕਿਸਾਨੀ ਨੂੰ ਅੱਗੇ ਰੱਖਦਾ ਇਸ ਵੇਲੇ ਤੁਹਾਡੇ ਮੁਤਾਬਕ ਤੁਸੀਂ ਯੰਗੂ ਨੌਜਵਾਨ ਨੂੰ ਸਭ ਤੋਂ ਵੱਡੀ ਸਮੱਸਿਆ ਕਿਹੜੀ ਆ ਰਹੀ ਹੈ ਜ਼ਿਮੀਦਾਰਾਂ ਨੂੰ ਜ਼ਿਮੀਦਾਰਾਂ ਨੂੰ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਸਭ ਤੋਂ ਵੱਡੀ ਸਮੱਸਿਆ ਜ਼ਿਮੀਦਾਰਾਂ ਦੀ ਹੈ ਖੇਤੀ ਦੇ ਵਿੱਚ ਬਦਲਾਅ ਨਹੀਂ ਹੈਗਾ ਸਾਡੀ ਖੇਤੀ ਦੇ ਵਿੱਚ ਮੁਨਾਫਾ ਨਹੀਂ ਹੈਗਾ ਉਨ੍ਹਾਂ ਜੀ ਜੇ ਅਸੀਂ ਚਾਹੀਏ ਅਸੀਂ ਹੋਰ ਫਸਲਾਂ ਮਹਿੰਗੀਆਂ ਬੀਜੀਏ ਆਲੂ ਦੀ ਖੇਤੀ ਲਾ ਲਓ ਆਲੂ ਦੀ ਖੇਤੀ ਦੇ ਐਗਜ਼ਾਮਪਲ ਦੇਣਾ ਆਲੂ ਸਾਡੇ ਬਹੁਤ ਜਿਆਦਾ ਹੁੰਦਾ ਸਾਡੇ ਕੋਲਡ ਸਟੋਰ ਨਹੀਂ ਹੈਗਾ ਕੋਈ ਸਾਡੇ ਮੈਂ ਕਹਿੰਦਾ ਸਰਕਾਰੀ ਕੋਲਡ ਸਟੋਰ ਬਣੇ ਹੋਣ ਜਿੱਦੇ ਵਿੱਚ ਤੁਸੀਂ ਵਧੀਆ ਸਬਜ਼ੀਆਂ ਬਣਾ ਕੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ 4-4 5-5 ਕੋਲਡ ਸਟੋਰ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਹੋਰ ਫਸਲਾਂ اگਾ ਚੁੱਕੀ ਹੁਣ ਦੂਜੀ ਸਭ ਤੋਂ ਤੁਹਾਨੂੰ ਮੈਂ ਵੱਡੀ ਗੱਲ ਦੱਸ ਦਿੰਦਾ ਹੁਣ ਪੰਜਾਬ ਸਰਕਾਰ ਨੇ ਕੀ ਕਰਿਆ ਜੀ ਜਦੋਂ ਕੋਈ ਵੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਗਵਰਨਮੈਂਟ ਬਣਦੀ ਆ ਉਹਨਾਂ ਦਾ ਸਭ ਤੋਂ ਵੱਡੀ ਇੱਕ ਗੱਲ ਹੁੰਦੀ ਆ ਵੀ ਪੰਜਾਬ ਦੇ ਵਿੱਚ 80 85% ਸਾਡੇ ਕਿਸਾਨਾਂ ਦੀ ਵੋਟ ਆ ਹਰ ਇੱਕ ਸਰਕਾਰ ਕੀ ਕਹਿੰਦੇ ਵੀ ਕਿਸਾਨਾਂ ਨੂੰ ਆਪ ਦੇ ਵੱਲ ਖਿੱਚ ਲੋ ਸਾਡੀ ਸਰਕਾਰ ਬਣ ਜੂਗੀ ਕੈਪਟਨ ਨਹੀਂ ਕਰੇ ਕੈਪਟਨ ਨੇ ਕਰੇ ਮੈਂ ਕਿਸਾਨਾਂ ਦਾ ਕਰਜ਼ਾ ਮਾਫ ਕਰੂੰਗਾ ਬਾਦਲ ਨੇ ਵੀ ਕਿਹਾ ਉਹਨਾਂ ਨੂੰ ਪਤਾ ਸੀਗਾ ਵੀ ਖਸਾਨਾ ਨੇ ਇੱਕ ਕੈਪਟਨ ਤੇ ਲਾਲਾ ਵੀ ਇਹ ਕੁਛ ਨਾ ਕੁਛ ਕਰ ਸਕਦਾ ਸਾਡੇ ਜ਼ਿਮੀਦਾਰਾਂ ਨੇ ਵੋਟ ਕੈਪਟਨ ਨੂੰ ਪਾਤੀ ਕੀ ਕਰਜ਼ਾ ਮਾਫੀ ਸਮੱਸਿਆ ਦਾ ਹੱਲ ਹੈ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਿੰਨਾ ਇਹ ਮੈਂ ਤੁਹਾਨੂੰ ਗੱਲਬਾਤ ਕਰ ਰਿਹਾ ਕਰਜ਼ਾ ਮਾਫੀ ਜਿਹੜੀ ਇਹਨਾਂ ਨੇ ਕਰੀ ਹੈ ਇੱਕ ਸਾਡੇ ਨਾਲ ਬਹੁਤ ਵੱਡਾ ਧੋਖਾ ਕਰਿਆ ਕਰਜ਼ਾ ਮਾਫੀ ਵਾਲਾ ਕੋਈ ਸਿਸਟਮ ਹੱਲ ਨਹੀਂ ਹੋ ਸਕਦਾ ਅਸੀਂ ਨਹੀਂ ਕਹਿੰਦੇ ਵੀ ਸਾਡਾ ਕਰਜ਼ਾ ਮਾਫ ਕਰੋ ਸਾਨੂੰ ਚੀਜ਼ਾਂ ਜਿਹੜੀਆਂ ਸਾਨੂੰ ਮਸ਼ੀਨਰੀ ਕਰਨ ਦੀ ਲੋੜ ਹੈ ਜਿਹੜੀ ਸਾਡੀ ਖੇਤੀ ਡਿਵੈਲਪਮੈਂਟ ਦੀ ਲੋੜ ਹੈ ਸਾਡੇ ਦਾ ਲੱਖਾਂ ਰੁਪਿਆ ਉਸ ਚੀਜ਼ ਤੇ ਖਰਚਾ ਜਾਵੇ ਸਾਡਾ ਮੰਨ ਕੇ ਦਾ ਲੱਖ ਲੱਖ ਦੋ ਦੋ ਲੱਖ ਰੁਪਿਆ ਮਾਫ ਕਰੇ ਨਾ ਸਾਡਾ ਕੀ ਮਸਲਾ ਹੱਲ ਹੋ ਜੂ ਸਾਨੂੰ 1 ਏਕੜ ਦੇ ਵਿੱਚੋਂ 70-80000 ਰੁਪਿਆ ਸਾਨੂੰ ਸਾਲ ਦੀ ਆਮਦਨ ਹੈ ਉਹਦੇ ਵਿੱਚ ਸਾਡੇ ਖਰਚੇ ਕਿੰਨੇ ਆ ਗਏ ਜੇ ਸਾਡੀ 1 ਇਕੜ ਦੇ ਵਿੱਚੋਂ 2-2 3-3 ਲੱਖ ਰੁਪਏ ਦੀ ਫਸਲ ਹੋਵੇ ਤਾਂ ਸਾਨੂੰ ਸਾਡਾ ਕਰਜ਼ਾ ਮਾਫ਼ ਕਰਨ ਦੀ ਲੋੜ ਹੀ ਨਹੀਂ ਉਹ 2-3 ਲੱਖ ਰੁਪਏ ਦੀ ਫਸਲ ਅਸੀਂ ਕਿਵੇਂ ਕਮਾ ਸਕਦੇ ਆ ਸਾਨੂੰ ਮਸ਼ੀਨਰੀ ਕਰਨ ਦੀ ਲੋੜ ਹੈ ਸਾਨੂੰ ਚੰਗੀਆਂ ਮਸ਼ੀਨਾਂ ਦੀ ਲੋੜ ਹੈ ਚੰਗੀਆਂ ਸਾਨੂੰ ਮੰਨ ਕੇ ਚੱਲ ਖੇਤੀ ਦੇ ਵਿੱਚ ਹੋਰ ਫਸਲਾਂ ਦੀ ਲੋੜ ਹੈ ਜਿਹੜੀਆਂ ਸਾਡੀਆਂ ਮੰਨ ਕੇ ਚੱਲ ਜਿੱਦਾਂ ਦੀ ਅਸੀਂ ਬਹੁਤ ਸਾਰੀਆਂ ਫਸਲਾਂ ਅਸੀਂ ਹੋਰ اگਾ ਸਕਦੇ ਆ ਉਹਨਾਂ ਦੇ ਮੰਡੀ ਕਰਨ ਦੀ ਲੋੜ ਹੈ ਜੀ ਜੀ ਆਵਾਰਾ ਡੰਗਰ ਕਿੰਨੇ ਕੁ ਨੁਕਸਾਨ ਕਰਦੇ ਨੇ ਆਵਾਰਾ ਆਵਾਰਾ ਡੰਗਰ ਵਾਲੇ ਤੁਸੀਂ ਸਾਡੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਮੈਂ ਇੱਕ ਫੇਸਬੁੱਕ ਪੇਜ ਤੇ ਲਾਈ ਪਾਇਆ ਸੀ ਉਹ ਬਹੁਤ ਜ਼ਿਆਦਾ ਚ ਆਵਾਰਾ ਡੰਗਰਾਂ ਦਾ ਜਿਹੜਾ ਸਿਸਟਮ ਹੈ ਸਾਡਾ ਮੰਨ ਕੇ ਚੱਲ ਇਕੱਲੇ ਸਾਡੇ ਜ਼ਿਮੀਦਾਰਾਂ ਨੂੰ ਨਹੀਂ ਉਹ ਤੰਗ ਕਰ ਰਹੇ ਜਿਹੜੇ ਸੜਕਾਂ ਤੋਂ ਮਲਾਜ਼ਮ ਜੋਬ ਕੋਈ ਵੀ ਲੰਘ ਰਹੇ ਨੇ ਉਹਨਾਂ ਦੇ ਐਕਸੀਡੈਂਟ ਹੋ ਰਹੇ ਨੇ ਰੋਜ਼ ਆਵਾਰਾ ਡੰਗਰ ਲੋਕ ਐਕਸੀਡੈਂਟਾਂ ਨਾਲ ਮਰ ਰਹੇ ਨੇਗੇ ਸਾਡਾ ਜ਼ਿਮੀਦਾਰ ਦਿਨ ਚ ਤਾਂ ਉਹ ਕੰਮ ਕਰਦਾ ਰਾਤ ਨੂੰ ਉਹ ਆਵਾਰਾ ਡੰਗਰਾਂ ਦੀ ਰਾਖੀ ਕਰਦਾ ਦਿਨ ਚ ਤਾਂ ਸਾਰਾ ਦਿਨ ਥੱਕਿਆ ਹੁੰਦਾ ਰਾਤ ਨੂੰ ਫਿਰ ਉਹਨੂੰ ਆਵਾਰਾ ਡੰਗਰਾਂ ਦੀ ਰਾਖੀ ਕਰਨੀ ਪੈਂਦੀ ਹੈ ਹਰੇਕ ਪਿੰਡ ਦੇ ਵਿੱਚ ਘੱਟੋ ਘੱਟ 100 100 2 200 ਆਵਾਰਾ ਡੰਗਰ ਫਿਰਦਾ ਪਿੰਡਾਂ ਦੇ ਵਿੱਚ ਉਹਨਾਂ ਦੇ ਲਈ ਹੁਣ ਜਦੋਂ ਸਾਡਾ ਇੱਕ ਮੰਨ ਕੇ ਚੱਲ ਜਿਹੜਾ ਸਾਨੂੰ ਬਿੱਲ ਬਿੱਲ ਆਉਂਦਾ ਸਾਨੂੰ ਸਾਨੂੰ ਬਿੱਲ ਆਉਂਦਾ ਉਹਦੇ ਵਿੱਚ ਸਪੈਸ਼ਲ ਲਿਖਿਆ ਹੁੰਦਾ ਹੈ ਗਊ ਟੈਕਸ ਸਾਥੋਂ ਸਰਕਾਰ ਟੈਕਸ ਵੀ ਲੈ ਰਹੀ ਹੈ ਤੇ ਸਾਡਾ ਮੰਨ ਕੇ ਚੱਲੋ ਅਵਾਰਾ ਪਸ਼ੂ ਦਾ ਹੱਲ ਵੀ ਨਹੀਂ ਕਰਿਆ ਜਾ ਰਿਹਾ ਅਵਾਰਾ ਪਸ਼ੂ ਇੰਨੇ ਕਿ ਜ਼ਿਆਦਾ ਵੱਧ ਚੁੱਕੇ ਨੇ ਕਿ ਦਿਨੋਂ ਦਿਨ ਸਾਡੇ ਐਕਸੀਡੈਂਟ ਹੋ ਜਾਂਦੇ ਨੇ ਤੇ ਸਾਡੇ ਕਿਸਾਨਾਂ ਦੇ ਮੰਨ ਕੇ ਚੱਲ ਫਸਲਾਂ ਨੂੰ ਬਰਬਾਦ ਕਰ ਰਹੇ ਨੇ ਅਵਾਰਾ ਡੰਗਰਾਂ ਨੂੰ ਜੇ ਸਰਕਾਰ ਚਾਹੇ ਸਰਕਾਰ ਲਈ ਸਿਸਟਮ ਕਰਨਾ ਕੋਈ ਵੱਡੀ ਗੱਲ ਨਹੀਂ ਪੰਜ-ਪੰਜ 7-7 ਪਿੰਡਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਸਰਕਾਰੀ ਜ਼ਮੀਨਾਂ ਪਈਆਂ ਨੇ, ਪੰਚਾਇਤੀ ਜ਼ਮੀਨਾਂ ਪਈਆਂ ਨੇ ਗਿਆ। ਉਹਨਾਂ ਦੇ ਵਿੱਚ ਗਊਸ਼ਾਲਾ ਬਣਾਈਆਂ ਜਾਂਣ। ਸਿਸਟਮ ਹੋਵੇ ਉਹਨਾਂ ਦੇ ਵਿੱਚ ਪੂਰਾ ਉੱਥੇ ਉੱਥੇ ਪਸ਼ੂਆਂ ਨੂੰ ਸਾਂਭਿਆ ਜਾਵੇ। ਦੂਜਾ ਜਿਹੜੇ ਆ ਅਮਰੀਕੀ ਉਹ ਵੀੜੇ ਬਾਹਰ ਨਸਲ ਦਾ ਠੱਠੇ ਰਹਿਗੇ। ਇਹ ਸਾਡੇ ਪਸ਼ੂਆਂ ਨੂੰ ਵਿਗਾੜ ਰਹੇ ਨੇਗੇ ਬਹੁਤ ਜ਼ਿਆਦਾ। ਇਹ ਇੰਨਾ ਕੁ ਜ਼ਿਆਦਾ ਨੁਕਸਾਨ ਕਰਦੇ ਨੇ ਸਾਡਾ ਮੈਂ ਕਹਿੰਦਾ ਇਹਨਾਂ ਨੇ ਪਿੰਡਾਂ ਦੇ ਵਿੱਚ ਜਾਉਣਾ ਹਰਾਮ ਕਰਿਆ ਪਿਆ, ਜਾਉਣਾ ਹਰਾਮ। ਸਾਡੇ ਲੋਕ ਇੰਨੇ ਕੁ ਜ਼ਿਆਦਾ ਸਾਡੇ ਕਿਸਾਨ, ਸਾਡੇ ਹੋਰ ਵਰਗ ਦੇ ਲੋਕ ਅਵਾਰਾ ਪਸ਼ੂ ਤਾਂ ਇੰਨੇ ਕੁ ਜ਼ਿਆਦਾ ਤੰਗ ਨੇ। ਇਹ ਕੁ ਮੈਂ ਤਾਂ ਇਥੋਂ ਤੱਕ ਵੀ ਇਹ ਗੱਲ ਕਹੀ ਹੋਈ ਐ ਵੀ ਪਬਲਿਕ ਨੂੰ ਵੀ ਇਹ ਇਹ ਫੜ ਕੇ ਸਾਰੇ ਵਾਰਾ ਡੰਗਰ ਚਾਹਦਾ ਚੰਡੀਗੜ੍ਹ ਸੀਐਮ ਦੇ ਸੀਐਮ ਉਥੇ ਕੋਠੀ ਦੇ ਵਿੱਚ ਛੱਡਿਆ ਜਾਣ ਜਾਂ ਇਹਨਾਂ ਨੂੰ ਪਟਿਆਲਾ ਮੋਤੀ ਮਹਿਲ ਦੇ ਵਿੱਚ ਛੱਡਿਆ ਜਾਵੇ ਜੀ ਇੰਨਾ ਸਾਨੂੰ ਇੰਨਾ ਕੁ ਜ਼ਿਆਦਾ ਪਰੇਸ਼ਾਨ ਕਰਾ ਸਰਕਾਰ ਦੇ ਕਿੰਨਾ ਤੱਕ ਜੂਨ ਹੀ ਛੱਕ ਰਹੀ ਵੀ ਸਾਡੇ ਕੀ ਪ੍ਰੇਸ਼ਾਨੀ ਐ ਇਹ ਕਿ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਨਿੰਗਾ ਮਾਰ ਲਓ ਕਿਸੇ ਪਿੰਡ ਦੇ ਵਿੱਚ ਨਿੰਗਾ ਮਾਰ ਲਓ ਹਰ ਥਾਂ ਮੈਂ ਤੁਹਾਨੂੰ ਵਾਰਾ ਡੰਗਰ ਮਿਲਣਗੇ ਇਹ ਕੋਈ ਸਿਸਟਮ ਐ ਇਹ ਕੋਈ ਇਹ ਹੱਲ ਕਰਨਾ ਕੋਈ ਬਾਲੀ ਵੱਡੀ ਗੱਲ ਨਹੀਂ ਜਮੇ ਛੋਟੀ ਜੀ ਗੱਲ ਐ ਜੀ ਇਹ ਹੱਲ ਕਰਨਾ ਵੇ ਦੋ ਚਾਰ ਦਿਨਾਂ 'ਚ ਹੱਲ ਸੋ ਜਿੱਥੇ ਤੱਕਾ ਹੁੰਦਾ ਹੋਵੇ ਨੌਜਵਾਨਾਂ ਨੂੰ ਕੀ ਸਨੇਹਾ ਦੇਵੋਗੇ ਤੁਸੀਂ ਨੌਜਵਾਨਾਂ ਨੂੰ ਮੈਂ ਮੈਸੇਜ ਇਹੀ ਦੇਵਾਂਗਾ ਵੀ ਸਭ ਤੋਂ ਵੱਡਾ ਮੇਰਾ ਮੈਸੇਜ ਇਹੀ ਹੈ ਵੀ ਜਿਹੜੇ ਸਾਡੇ ਨੌਜਵਾਨ ਨੇਗੇ ਵੀ ਵੱਧ ਤੋਂ ਵੱਧ ਜਦੋਂ ਅਸੀਂ ਧਰਨਾ ਦੇ ਵਿੱਚ ਜਾਂਦੇ ਆ ਵੀ ਵੱਧ ਤੋਂ ਵੱਧ ਨੌਜਵਾਨ ਸਾਡੀ ਆਵਾਜ਼ ਉਠਾਉਣ ਕਿਸਾਨੀ ਦੀ ਸਭ ਤੋਂ ਵੱਡੀ ਮੇਰੀ ਇੱਕ ਹੋਰ ਡਿਮਾਂਡ ਆ ਮੈਂ ਕਿਸਾਨ ਜੱਥੇਬੰਦੀਆਂ ਨੂੰ ਮੈਂ ਆਪਣੇ ਸੋਸ਼ਲ ਨੈਟਵਰਕ ਤੇ ਰੌਲਾ ਪਾਉਣਾ ਚਾਹਣਾ ਵੀ ਸਾਡੇ ਪੰਜਾਬ ਦੇ 17 ਜੱਥੇਬੰਦੀਆਂ ਨੇ ਕਿਸਾਨ ਯੂਨੀਅਨ ਨੇ ਜੇ ਸਾਡੇ ਪੰਜਾਬ ਦੀ ਇੱਕ 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 ਕਿਸਾਨ ਯੂਨੀਅਨ ਹੋਵੇ ਤਾਂ ਸਾਡੇ ਮਸਲੇ ਸਰਕਾਰ ਦਾ ਕੀ ਸੀਐਮ ਨੂੰ ਆ ਕੇ ਖੁਦ ਆਪ ਸੁਣਨੇ ਪਿਆ ਕਰਨਗੇ ਵੀ ਨਦੇ ਮਸਲੇ ਨੇ ਜਦੋਂ ਅਸੀਂ ਧਰਨੇ ਤੇ ਬੈਠੇ ਹੁੰਨੇ ਆਂ ਇਹ 7-7 ਦਿਨ ਧਰਨੇ ਤੇ ਬੈਠੇ ਹੁੰਨੇ ਆਂ ਸਾਡੀ ਹਫ਼ਤੇ ਬਾਅਦ ਕਿਤੇ ਜਾ ਕੇ ਸੁਣਵਾਈ ਹੁੰਦੀ ਆ ਇੱਕ ਕੈਬਨਟ ਮੰਤਰੀ ਨੂੰ ਇੱਕ ਇੱਕ ਸਰਕਾਰ ਨੂੰ ਪਤਾ ਹੁੰਦਾ ਵੀ ਉੱਥੇ ਧਰਨਾ ਲੱਗਿਆ ਜਾ ਕੇ ਸਾਡੀ ਆ ਕੇ ਆਵਾਜ਼ ਗੱਲਬਾਤ ਸੁਣ ਨਹੀਂ ਸਕਦਾ ਇੱਕ ਇਲਜ਼ਾਮ ਲਾਇਆ ਨਹੀਂ ਵੀ ਤਾਂ ਧਰਨਾ 'ਤੇ ਜਾ ਕੇ ਬਹਿ ਕੇ ਸਾਡਾ ਧਰਨਾ ਦੇ ਬੈਠਣ ਨੂੰ ਜੀ ਕਰਦਾ ਸਾਡਾ ਇੱਕ ਆ ਕੇ ਕੈਬਨਟ ਮੰਤਰੀ ਰੈਂਕ ਦਾ ਬੰਦਾ ਇੱਕ ਐਮਐਲਏ ਇੱਕ ਡੀਸੀ ਆ ਕੇ ਸਾਡੀ ਗੱਲ ਬਾਤ ਸੁਣੇ ਅਸੀਂ ਧਰਨਾ ਉਸੇ ਟਾਈਮ ਹੀ ਚੱਕ ਦਾਂਗੇ ਸਭ ਤੋਂ ਵੱਡੀ ਗੱਲ ਮੇਰੀ ਨੌਜਵਾਨ ਯੂਥ ਨੂੰ ਇਹ ਇਹ ਮੈਸੇਜ ਹੈ ਵੀ ਸਭ ਤੋਂ ਵੱਧ ਸਾਡੀ ਕਿਸਾਨ ਜੱਥੇਬੰਦੀ ਦਾ ਨੌਜਵਾਨ ਮੂਰੇ ਹੋ ਕੇ ਲੜਾਈ ਲੜਨ ਤਾਂ ਕਿ ਤੇ ਸਾਡੇ ਮਸਲੇ ਜਾ ਕੇ ਹੱਲ ਹੋ ਸਕਦੇ ਨੇ ਮੇਰਾ ਯੂਥ ਨੂੰ ਸਭ ਤੋਂ ਵੱਡਾ ਮੈਸੇਜ ਹੈ ਵੀ ਮੈਂ ਇਹ ਆਵਾਜ਼ ਠਾਉਣਾ ਰਹਿਣਾ ਵੀ ਸਾਡੇ ਯੂਥ ਦਾ ਸਾਥ ਦੇਵੇ ਸਾਡਾ ਯੂਥ ਜੀ ਸੋ ਇਹ ਸੰ ਭਾਨਾ ਸਿੱਧੂ ਜਿਹੜੇ ਕਿ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ